ਕੋਲਜ ਬੈਠਿਆਂ ਤੇ ਖੜਿਆਂ ਨੂੰ ਪੜਿਆਂ ਤੇ ਅਨਪੜਿਆਂ ਨੂੰ ਵਿਆਹ ਤੇ ਛੜਿਆਂ ਨੂੰ ਚਾਚਿਆਂ ਤੇ ਤਾਇਆਂ ਨੂੰ ਬਾਂਟੀਆਂ ਤੇ ਛਾਂਟੀਆਂ ਨੂੰ ਅੰਕਲਾਂ ਤੇ ਆਂਟੀਆਂ ਨੂੰ ਰੇੜੀ ਵਾਲੇ ਤੇ ਦੁਕਾਨਦਾਰਾਂ ਨੂੰ ਨਕਾਮੀਆਂ ਤੇ ਕਾਮਯਾਬੀਆਂ ਨੂੰ ਮੈਂ ਕਿਹਾ ਜੀ ਮੁੱਕਦੀ ਗੱਲ ਆ ਸਾਰੇ ਪੰਜਾਬੀਆਂ ਨੂੰ ਰਿਹਾਨ ਜੱਟ ਸਲਾਮ ਅਰਜ਼ ਕਰਦਾ ਜੀ ਉਮੀਦ ਕਰਦਾ ਕਿ ਸਾਰੇ ਸੱਜਣ ਬੇਲੀ ਮਿੱਤਰ ਬਿਲਕੁਲ ਠੀਕ ਠਾਕ ਹੋਣਗੇ ਫੁੱਲਾਂ ਦੀ ਤਰ੍ਹਾਂ ਮਹਿਕਦੇ ਹੋਣਗੇ ਆਪਣੀ ਜ਼ਿੰਦਗੀ ਨੂੰ ਖੂਬ ਸਾਰਾ ਇੰਜੋਏ ਕਰ ਰਹੇ ਹੋਣਗੇ ਨਾਲ ਜਨਾਬ ਤੁਸੀਂ ਟਿਊਨ ਕੀਤਾ ਹੈਗਾ ਐਫ ਐਮ 106 ਆਵਾਜ਼ ਗੁਜਰਾਂਵਾਲਾ ਜੀ ਬਿਲਕੁਲ ਸਾਡਾ ਤੁਹਾਡਾ ਸਾਥ ਹਰ ਇਤਵਾਰ ਵਾਲੇ ਦਿਨ 7 ਤੋਂ 10 ਵਜੇ ਤੱਕ ਰਹਿੰਦਾ ਇਸ ਸਾਥ ਨੂੰ ਬਹੁਤ ਹੀ ਖੂਬਸੂਰਤ ਬਣਾ ਦਿਓ ਕਿੱਦਾਂ ਜੀ ਕੁਝ ਗੱਲਾਂ ਬਾਤਾਂ ਕਰਕੇ ਕੁਝ ਇੱਧਰ ਦੀਆਂ ਗੱਲਾਂ ਕੁਝ ਉੱਧਰ ਦੀਆਂ ਗੱਲਾਂ ਕੁਝ ਸਾਡੀਆਂ ਗੱਲਾਂ ਕੁਝ ਤੁਹਾਡੀਆਂ ਗੱਲਾਂ ਕੁਝ ਅੱਜ ਦੀਆਂ ਗੱਲਾਂ ਕੁਝ ਕੱਲ ਦੀਆਂ ਗੱਲਾਂ ਕੁਝ ਨਵੀਆਂ ਗੱਲਾਂ ਕੁਝ ਪੁਰਾਣੀਆਂ ਗੱਲਾਂ ਔਰ ਕੀ ਕਰਦੇ ਤੁਸੀਂ ਗੱਲਾਂ ਬਾਤਾਂ ਕਰਨ ਲਈ ਜੀ ਜੀ ਗੱਲਾਂ ਬਾਤਾਂ ਕਰਨ ਲਈ ਜਨਾਬ ਤੁਸੀਂ ਇੱਕ ਨੰਬਰ ਡਾਇਲ ਕਰਦੇ ਹੋ 0554551106 ਮੇਰਾ ਰੱਬ ਦਾ ਨੰਬਰ ਔਰ ਸੋਹਣੇ ਤੇ ਮਨਮੋਹਣੇ ਜੇ ਮੋਬਾਈਲ ਫੋਨ ਦੇ ਰਾਈਟ ਆਪਸ਼ਨ ਵਿੱਚ ਜਾ ਕੇ ਜੀ ਡਬਲਿਊ ਟਾਈਪ ਕਰਦੇ ਹੋ ਸਪੇਸ ਦਿੰਦੇ ਹੋ ਨਾਮ ਲਿਖ ਦਿਓ ਪੈਗਾਮ ਲਿਖ ਦਿਓ ਔਰ ਮੈਸੇਜ ਲਿਖ ਕੇ ਸੈਂਡ ਕਰ ਦਿੰਦੇ ਹੋ ਮੈਨੂੰ ਤੁਸੀਂ 4471 ਤੇ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਸੱਜਣਾ ਬੇਲੇ ਮਿੱਤਰਾਂ ਨੂੰ ਵੈਲਕਮ ਬੈਕ ਵੰਸ ਅਗੇਨ ਵੈਲਕਮ ਜੀਆਂ ਨੂੰ ਸਤਿ ਬਿਸਮਿਲਾ ਜੀਆਂ ਨੂੰ ਕਹਾਂਗਾ ਜਨਾਬ ਔਰ ਪ੍ਰੋਗਰਾਮ ਦਾ ਆਗਾਜ਼ ਇਸ ਦੁਆ ਦੇ ਨਾਲ ਕਿ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਯਾਰ ਤੂੰ ਕਰੀ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਯਾਰ ਤੂੰ ਕਰੀ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਟੋਪਿਕ ਵੀ ਹੁੰਦਾ ਉਹ ਵੀ ਅੱਜ ਵੀ ਅਸੀਂ ਰੱਖਾਂਗੇ ਕਿ ਇਨਸਾਨ ਦੁਨੀਆਂ ਤੇ ਆਇਆ ਤੇ ਦੁਨੀਆਂ ਤੇ ਕੋਈ ਨਾ ਕੋਈ ਇੱਕ ਇਨਸਾਨ ਦਾ ਮੌਕਫ ਹੁੰਦਾ ਇੱਕ ਮੋਟਿਵ ਹੁੰਦਾ ਇੱਕ ਮਕਸਦ ਹੁੰਦਾ ਜ਼ਿੰਦਗੀ ਗੁਜ਼ਾਰਨ ਦਾ ਮੁਖਤਲਿਫ ਮਕਸਦ ਨੇ ਮੁਖਤਲਿਫ ਰਾਏ ਜਿੰਨੀਆਂ ਆਪਣੇ ਆਪਣੇ ਮਾਇੰਡ ਦੇ ਮੁਤਾਬਕ ਇਨਸਾਨ ਆਪਣੀ ਜ਼ਿੰਦਗੀ ਗੁਜ਼ਾਰਦਾ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੀ ਜ਼ਿੰਦਗੀ ਗੁਜ਼ਾਰਨ ਦਾ ਫਟਾਫਟ ਮੈਂ ਦੱਸ ਦਿਆਂ ਕਿ ਮਕਸਦ ਕੀ ਆ 0554551106 ਮੇਰਾ ਰਾਬਤਾ ਨੰਬਰ ਔਰ ਜੀ ਡਬਲਿਊ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੇਗੇ ਮੈਨੂੰ ਤੁਸੀਂ 4471 ਤੇ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਉਸ ਤੋਂ ਬਾਅਦ ਮੈਂ ਮੁੜ ਕੇ ਮੈਂ ਆਵਾਂਗਾ ਕਿਤੇ ਨਾ ਜਾਣਾ ਜੀ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਔਰ ਮੈਨੂੰ ਰਿਹਾਨ ਕਹਿੰਦੇ ਆ ਘਰ ਤੁਹਾਡੇ ਦਿਲਾਂ ਦੇ ਵਿੱਚ ਆ ਔਰ ਮੈਸੇਜ ਕਰਨਾ ਤੇ ਕਾਲ ਕਰਨਾ ਕਦੇ ਨਾ ਭੁੱਲਣਾ 0554551106 ਪੱਕਾ ਹੀ ਮੇਰਾ ਰਾਬਤਾ ਨੰਬਰ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਔਰ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੁੜ ਕੇ ਮੈਂ ਆਵਾਂਗਾ ਨਾਲ ਨਾਲ ਰਹਿਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਵੈਲਕਮ 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 ਬੈਕ ਸਤਿ ਬਿਸਮਿਲਾ ਜੀ ਨੂੰ ਜੀ ਸਾਰੇ ਸੁਣ ਵਾਲੇ ਸੱਜਣਾ ਬੇਲੀ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚਿੜਿਆਂ ਦੇ ਤਿੱਤਰਾਂ ਨੂੰ ਜਿਹੜਾ ਹੁਣ ਹੁਣ ਰੇਡੂਆ ਟਿਊਨ ਕਰਿਆ ਜੀ ਉਹਨਾਂ ਦੱਸਦਾ ਜਾਵਾਂ ਤੁਸੀਂ ਸੁਣਦੇ ਪਿਓ ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਿਸ਼ਰਿਆਤ ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਜੇ ਦਿਲਾਂ ਦੇ ਨਾਲ ਨਾਲ ਆਫ ਏਅਰ ਕਾਲਰ ਦੇ ਵਿੱਚ ਕੋਮਲ ਸ਼ਾਮਲ ਹੁੰਦੀਆਂ ਥੈਂਕ ਯੂ ਸੋ ਮਚ ਕੋਮਲ ਕੋਮਲ ਨੇ ਵੈਲਕਮ ਕੀਤਾ ਜੀ ਔਰ ਕਹਿੰਦੇ ਨੇ ਕਿ ਜੀ ਮੇਰਾ ਤਾਂ ਜ਼ਿੰਦਗੀ ਦੇ ਵਿੱਚ ਯਾਨੀ ਕਿ ਵੱਡਾ ਪੈਸ਼ਨ ਹੈ ਮੈਂ ਕਿਹਾ ਕੀ ਪੈਸ਼ਨ ਹੈ ਜੀ ਤੁਹਾਡਾ ਕਹਿੰਦੇ ਕਿ ਮੈਂ ਆਰਮੀ ਦੇ ਵਿੱਚ ਸਰਵਿਸ ਕਰਨਾ ਚਾਹੁੰਦੀ ਹਾਂ ਮੇਰੀ ਜ਼ਿੰਦਗੀ ਦਾ ਮਕਸਦ ਇਹ ਹੈ ਮੁਲਕ ਕੌਮ ਦੀ ਖਿਦਮਤ ਕਰਨਾ ਚਾਹੁੰਦੀ ਵਾਹ ਜੀ ਵਾਹ ਕੋਮਲ ਛਾ ਗਏ ਤੁਸੀਂ ਥੈਂਕ ਯੂ ਸੋ ਮਚ ਔਰ ਉਹਦੇ ਤੋਂ ਬਾਅਦ ਜਨਾਬ ਆਲਮ ਚੌਕ ਤੋਂ ਕੌਣ ਸ਼ਾਮਿਲ ਹੁੰਦੇ ਨੇ ਸਾਡੇ ਨਾਲ ਜੀ ਆਲਮ ਚੌਕ ਤੋਂ ਸ਼ਾਮਿਲ ਹੁੰਦੇ ਨੇ ਨੂਰ ਵਲੀ ਖਾਨ ਔਰ ਕਹਿੰਦੇ ਨੇ ਕਿ ਜੀ ਮੇਰਾ ਪੈਸ਼ਨ ਕੀ ਹੈ ਮੇਰਾ ਸ਼ੌਕ ਤੇ ਮਕਸਦ ਇਹ ਹੈ ਜ਼ਿੰਦਗੀ ਦਾ ਕਿ ਮੈਂ ਡਰਾਈਵਿੰਗ ਅੱਛੇ ਤਰੀਕੇ ਨਾਲ ਕਰ ਲਵਾਂ ਕਿਉਂਕਿ ਮੈਂ ਟਰੱਕ ਡਰਾਈਵਰ ਹਾਂ ਠੀਕ ਹੋ ਗਿਆ ਜੀ ਥੈਂਕ ਯੂ ਸੋ ਮਚ ਨੂਰ ਵਲੀ ਖਾਨ ਜੀ ਉਹਦੇ ਤੋਂ ਬਾਅਦ ਸਾਡੇ ਨਾਲ ਕੌਣ ਨੇ ਜੀ ਬਹੁਤ ਹੀ ਪਿਆਰੇ ਲਿਸਨਰ ਫਸਟ ਟਾਈਮ ਉਹਨਾਂ ਨੇ ਜਨਾਬ ਸਾਨੂੰ ਟੈਕਸਟ ਕੀਤਾ ਮੈਸੇਜ ਕੀਤਾ ਜੀ ਕੌਣ ਨੇ ਸਾਡੇ ਨਾਲ ਹਾਂ ਹਾਂ ਤਲਹਾ ਨੇ ਜੀ ਤਲਹਾ ਨੇ ਔਰ ਜਗ੍ਹਾ ਦਾ ਨਾਮ ਇਹਨਾਂ ਨੇ ਨਹੀਂ ਲਿਖਿਆ ਲੇਕਿਨ ਬਹੁਤ ਹੀ ਖੂਬਸੂਰਤ ਮੈਸੇਜ ਕੀਤਾ ਪ੍ਰੋਗਰਾਮ ਦੀ ਤਾਰੀਫ ਕੀਤੀ ਇਹਨਾਂ ਨੇ ਥੈਂਕ ਯੂ ਸੋ ਮਚ ਔਰ ਇਹਨਾਂ ਨੇ ਬਹੁਤ ਹੀ ਆਲਾ ਗੱਲ ਕੀਤੀ ਆ ਔਰ ਟੋਪਿਕ ਦੇ ਮੁਤਾਬਕ ਇਹਨਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ ਕਹਿੰਦੇ ਨੇ ਕਿ ਜੀ ਮੇਰੀ ਜ਼ਿੰਦਗੀ ਦਾ ਮਕਸਦ ਇਹ ਆ ਕਿ ਰੱਬ ਤਾਲਾ ਦੀ ਜਿਹੜੀਆਂ ਨੇਮਤਾਂ ਨੇ ਉਹਦਾ ਸ਼ੁਕਰਾਨਾ ਤੇ ਸ਼ੁਕਰ ਅਦਾ ਕਰਨਾ ਵਾਹ ਜੀ ਵਾਹ ਕਮਾਲ ਹੋ ਗਿਆ ਜੀ ਬਹੁਤ ਹੀ ਪਿਆਰੀ ਗੱਲ ਕੀਤੀ ਤਾਹਾ ਨਲਹਾ ਥੈਂਕ ਯੂ ਸੋ ਮਚ ਔਰ ਉਸ ਤੋਂ ਬਾਅਦ ਜਨਾਬ ਤਲਹਾ ਦੇ ਨਾਲ ਕੌਣ ਕੌਣ ਬੈਠੇ ਨੇ ਜੀ
ਜੀ ਤਲਹਾ ਦੇ ਨਾਲ ਨੇ ਉਸਾਮਾ ਆਮਿਰ ਠੀਕ ਹੋ ਗਿਆ ਜੀ ਇਬਤਸਾਮ ਆਮਿਰ ਥੈਂਕ ਯੂ ਜੀ ਤਾਹਾ ਆਮਿਰ ਤੇ ਜੀ ਉਹਨਾਂ ਦੀ ਸਿਸਟਰ ਨੇ ਡਾਕਟਰ ਜ਼ਰਵਾ ਜ਼ਰਵਾ ਠੀਕ ਹੈ ਜੀ ਆਮਿਰ ਤੁਹਾਡਾ ਸ਼ੋ ਕਹਿੰਦੇ ਨੇ ਜੀ ਬੜੇ ਸ਼ੌਕ ਨਾਲ ਸੁਣ ਪੂਰੀ ਫੈਮਿਲੀ ਨੂੰ ਵੈਲਕਮ ਕਰਦੇ ਆ ਸ਼ੋ ਦੇ ਅੰਦਰ ਥੈਂਕ ਯੂ ਸੋ ਮਚ ਤੁਸੀਂ ਟਿਊਨ ਕੀਤਾ ਐਫਐਮ 106 ਆਵਾਜ਼ ਗੁਜਰਾਂਵਾਲਾ ਜੀ ਲਿਸਨਰਸ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ ਕਿੱਦਾਂ ਜੀ 0554551106 ਮੇਰਾ ਰਬਤਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਦੱਸੋਗੇ ਕਿ ਤੁਹਾਡਾ ਜ਼ਿੰਦਗੀ ਦੇ ਵਿੱਚ ਆਉਣ ਦਾ ਮਕਸਦ ਕੀ ਆ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਆ ਹੈ ਜੀ ਇਨਸਾਨ ਦੇ ਬਹੁਤ ਸਾਰੇ ਆਪਣੇ ਆਪਣੇ ਖਿਆਲਾਤ ਹੁੰਦੇ ਨੇ ਮੁਖਤਲਿਫ ਆਪਣੇ ਰਾਏ ਹੁੰਦੀਆਂ ਨੇ ਇਨਸਾਨ ਦੀਆਂ ਇਨਸਾਨ ਸੋਚਦਾ ਕੁਝ ਹੈ ਤੇ ਹੋ ਕੁਝ ਹੋਰ ਜਾਂਦਾ ਤੇ ਇਨਸਾਨ ਬਹੁਤ ਕੁਝ ਅੱਛਾ ਵੀ ਸੋਚਦਾ ਆਪਣੇ ਬਾਰੇ ਚ ਲੇਕਿਨ ਕੀ ਹੈ ਕਿ ਦੂਸਰਿਆਂ ਦੇ ਬਾਰੇ ਅੱਛਾ ਸੋਚਣਾ ਇਹ ਸਭ ਤੋਂ ਵੱਡੀ ਗੱਲ ਆ ਦੇਖੋ ਜੀ ਅਗਰ ਤੁਸੀਂ ਕਿਸੇ ਦੇ ਲਈ ਪੋਜ਼ਿਟਿਵ ਸੋਚੋਗੇ ਔਰ ਅੱਛੀ ਸੋਚ ਦੇ ਮਾਲਕ ਹੋ ਕੇ ਅੱਛਾ ਸੋਚੋਗੇ ਤੇ ਤੁਹਾਡੇ ਲਈ ਵੀ ਕੋਈ ਅੱਛਾ ਹੀ ਸੋਚੇਗਾ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਨੇ ਜੀ ਜ਼ਾਹਿਦ ਮੁਸਤਫਾ ਸਾਹਿਬ ਥੈਂਕ ਯੂ ਸੋ ਮਚ ਜੀ ਵੈਲਕਮ ਕਰਦੇ ਹਾਂ ਜ਼ਾਹਿਦ ਮੁਸਤਫਾ ਸਾਹਿਬ ਔਰ ਉਹਨਾਂ ਦੇ ਨਾਲ ਕੌਣ ਨੇ ਜੀ ਸਾਡੇ ਨਾਲ ਬਹੁਤ ਹੀ ਖੂਬਸੂਰਤ ਲਿਸਨਰ ਨੇ ਜੀ ਸਾਡੇ ਨਾਲ ਆਮਿਰ ਔਰ ਹਾਮਦ ਨੇ ਹਾਮਿਦ ਮੁਸਤਫਾ ਸਾਹਿਬ ਨੇ ਸਾਡੇ ਨਾਲ ਹਾਮਿਦ ਉਰਫ ਸ਼ੇਰੂ ਸਾਡੇ ਨਾਲ ਨੇ ਜਨਾਬ ਔਰ ਉਹਨਾਂ ਦੇ ਨਾਲ ਮਾਜਦ ਨੇ ਔਰ ਵਾਜਦ ਮੁਸਤਫਾ ਸਾਹਿਬ ਥੈਂਕ ਯੂ ਸੋ ਮਚ ਤੁਸੀਂ ਟਿਊਨ ਕੀਤਾ ਇੱਥੇ 106 ਆਵਾਜ਼ ਗੁਜਰਾਂਵਾਲਾ ਔਰ ਟੌਪਿਕ ਤੇ ਕਹਿੰਦੇ ਨੇ ਕਿ ਬਾਅਦ ਚ ਆ ਕੇ ਗੱਲ ਕਰਾਂਗੇ ਜ਼ਰੂਰ ਥੈਂਕ ਯੂ ਜੀ ਵੈਲਕਮ ਤੁਹਾਨੂੰ ਵੀ ਸ਼ੋਅ ਦੇ ਅੰਦਰ ਔਰ ਪ੍ਰੋਗਰਾਮ ਵਿੱਚ ਫਸਟ ਟੈਗ ਸ਼ਾਮਿਲ ਕਰ ਦਿੰਦੇ ਆ ਕਰ ਦਿੱਤਾ ਬਲਕਿ ਵਾਰਸ ਬੇਗ ਦੀ ਬਹੁਤ ਹੀ ਖੂਬਸੂਰਤ ਆਵਾਜ਼ ਇੰਜੋਏ ਕਰੋ ਇਸ ਟੈਗ ਨੂੰ ਚੱਕਦੇ ਵੱਟੇ ਆਪਾਂ ਮਨੋ ਸਿੱਖ ਸਵਾਸ ਗੁਜਰਾਂ ਵਾਲਾ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ ਲੋਕ ਡਰਾਈਵ ਕਰਦੇ ਮੇਰਾ ਸ਼ੋਅ ਸੁਣ ਰਹੇ ਨੇ ਬੜੇ ਖਿਆਲ ਨਾਲ ਗੱਡੀ ਜਿਹੜੀ ਡਰਾਈਵ ਕਰਿਓ ਲਾਈਟਾਂ ਜ਼ਰਾ ਡੰਮਰ ਰੱਖਿਓ ਹਾਂਜੀ ਆਉਣ ਵਾਲੇ ਦਾ ਕੋਈ ਮਸਲਾ ਨਾ ਹੋਏ ਨਾ ਤੇ ਵਾਲੀਅਮ ਥੋੜਾ ਜਿਹਾ ਉੱਚਾ ਕਰ ਦਿਓ ਫੋਨ ਉੱਚਾ ਕਰ ਦਿਓ ਉੱਚੇ ਤੋਂ ਮਰਾਦ ਹੈ ਕਿ ਆਵਾਜ਼ ਉੱਚੀ ਕਰਨੀ ਆ ਵਾਲੀਅਮ ਨਹੀਂ ਉੱਚਾ ਕਰਦਾ ਹਜ਼ਾਰ ਕੁੜੀਆਂ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਆਂ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਆਂ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਏ ਭੰਗੜੇ ਦੇ ਵਿੱਚ ਆ ਕੇ ਗੋਰੀ ਸਭ ਦੇ ਹੋਸ਼ ਉਡਾਵੇ ਲੱਕ ਪਤਲਾ ਤੇ ਲੰਗ ਲੰਬੇ ਵਾਲ ਕੁੜੀ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਏ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਏ ਨੀ ਆ ਜਾ ਨੱਚ ਲੈ ਪੰਜਾਬੀਆਂ ਦੇ ਨਾਲ ਕੁੜੀਏ ਨੀ ਜਿੰਨੀ ਕਮ
ਕਮਰਸ਼ੀਅਲ ਬ੍ਰੇਕ ਔਰ ਮੋੜਾਂਗਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਮੈਂ ਕਿ ਕਦੇ ਨਾ ਭੁੱਲਣਾ 0555455106 ਮੇਰਾ ਪੱਕਾ ਹੀ ਰਾਬਤਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦਿਓਗੇ 4471 ਤੇ ਸੋਹਣੇ ਤੇ ਮਨਮੋਹਣੇ ਜਿਹੇ ਮੋਬਾਈਲ ਫੋਨ ਦਾ ਰਾਈਟ ਆਪਸ਼ਨ ਵਿੱਚ ਆ ਗਿਆ ਜੀ ਜਿਹੜਾ ਵੀ ਮਾਪਿਆਂ ਨੇ ਨਾਮ ਰੱਖਿਆ ਤੁਹਾਡਾ ਉਹ ਲਿਖ ਕੇ ਔਰ ਮੈਸੇਜ ਲਿਖ ਕੇ ਸੈਂਡ ਕਰ ਦਿਓ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਆ ਦੱਸ ਦਿਓ ਮੈਨੂੰ ਅੱਜ ਪੱਕਾ ਜੇ ਦੱਸਿਆ ਜੀ ਮੈਸੇਜ ਆ ਗਏ ਨੇ ਮੇਰੇ ਵੱਲ ਲੇਕਿਨ ਮੈਂ ਆਨ ਏਅਰ ਕਰਾਂਗਾ ਇਸ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ 45 PM. This time check is brought to you by AGS. AGS. Bath. ਜੀ ਵੈਲਕਮ 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 ਬੈਕ ਸਤ ਬਿਸਮਿਲਾ ਜੀ ਆਨੋ ਜੀ ਸਾਰੇ ਸੁਣ ਵਾਲੇ ਸੱਜਣਾ ਬਿਲੀਆਂ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚਿੜਿਆਂ ਤੇ ਤਿੱਤਰਾਂ ਨੂੰ ਜਿਨ੍ਹਾਂ ਨੇ ਹੁਣੇ ਹੁਣੇ ਰੇਡੂਆ ਟਿਊਨ ਕਰਿਆ ਜੀ ਉਹਨਾਂ ਦੱਸਦੇ ਜਾਵਾਂ ਤੁਸੀਂ ਸੁਣਦੇ ਪਏ ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਿਸ਼ਾਦ ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ ਮੈਸੇਜ ਕਿੰਨੇ ਕੀਤਾ ਜੀ ਸਾਨੂੰ ਜ਼ੈਨਬ ਨੇ ਮੈਸੇਜ ਕੀਤਾ ਕਿ ਉੱਥੋਂ ਜੀ ਵੰਡੋ ਤੋਂ ਕਹਿੰਦੇ ਨੇ ਜੀ ਕੀ ਹਾਲ ਚਾਲ ਹੈ ਜੀ ਮੈਂ ਬਿਲਕੁਲ ਠੀਕ ਠਾਕ ਕਹਿੰਦੇ ਨੇ ਕਿ ਮੇਰਾ ਮਕਸਦ ਆ ਤੁਹਾਡਾ ਕੀ ਮਕਸਦ ਆ ਜ਼ਿੰਦਗੀ ਦਾ ਮਕਸਦ ਇਹ ਹੈ ਕਿ ਮੈਂ ਮੰਮੀ ਪਾਪਾ ਦੇ ਨਾਲ ਸਾਰੀ ਫੈਮਿਲੀ ਹੈਪੀ ਹੈਪੀ ਗੁਜ਼ਾਰਾਂ ਅੱਛਾ ਔਰ ਕੀ ਕਹਿੰਦਾ ਜੀ ਕਿਸੇ ਏਜੰਟ ਬਣਨ ਦੇ ਚਾਂਸ ਨੇ ISI ਦੀ ਏਜੰਟ ਅੱਛਾ ਜੀ ਠੀਕ ਹੋ ਗਿਆ ਥੈਂਕ ਯੂ ਸੋ ਮਚ ਉਹਦੇ ਤੋਂ ਬਾਅਦ ਜਨਾਬ ਕੌਣ ਹੈ ਜੀ ਜ਼ੈਨਬ ਬਹੁਤ ਮਿਹਰਬਾਨੀ ਬਹੁਤ ਖੂਬਸੂਰਤ ਮੈਸੇਜ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਇਕਰਾ ਫਰਾਮ ਸਾਹਿਬ ਅੱਛਾ ਜੀ ਇਤਨਾ ਕਿ ਲਿਖਿਆ ਜੀ ਮੈਸੇਜ ਮੈਂ ਪੜ੍ਹਤਾ ਤੁਹਾਡਾ ਉਸ ਤੋਂ ਬਾਅਦ ਜਨਾਬ ਸਾਜਿਦ ਮੁਸਤਫਾ ਸਾਹਿਬ ਨੇ ਥੈਂਕ ਯੂ ਸੋ ਮਚ ਸਾਜਿਦ ਮੁਸਤਫਾ ਬਾਈ ਔਰ ਉਹਦੇ ਨਾਲ ਨੇ ਸੁਬਾਨ ਸਾਜਿਦ ਤੇ ਸਾਰਾ ਸਾਜਿਦ ਥੈਂਕ ਯੂ ਜੀ ਵੈਲਕਮ ਕਰਦੇ ਆ ਔਰ ਸੁਬਾਨ ਸਾਜਿਦ ਸਾਹਿਬ ਕਹਿੰਦੇ ਨੇ ਕਿ ਮੇਰਾ ਇੱਕ ਮਕਸਦ ਆ ਜ਼ਿੰਦਗੀ ਦਾ ਅੱਛਾ ਕੀ ਮਕਸਦ ਆ ਕਿ ਮੈਂ ਫੌਜੀ ਬਣਾ ਤੇ ਕੁਰਾਨ ਪਾਕ ਦਾ ਹਾਫਿਜ਼ ਵਾਹ ਜੀ ਵਾਹ ਬਹੁਤ ਆਲਾ ਮਸਜਿਦ ਹੈ ਜੀ ਮਕਸਦ ਹੈ ਤੁਹਾਡਾ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਇਸ ਮਕਸਦ ਦੇ ਵਿੱਚ ਕਾਮਯਾਬ ਕਰੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ 0555455106 ਮੇਰਾ ਰਾਬਤਾ ਨੰਬਰ ਬਿਲਕੁਲ ਔਰ ਜ਼ਿੰਦਗੀ ਦੇ ਮਕਸਦ ਦੇ ਵਿੱਚ ਇਨਸਾਨ ਉਦੋਂ ਹੀ ਕਾਮਯਾਬ ਹੋ ਸਕਦਾ ਆ ਜਦੋਂ ਕਿ ਬੰਦੇ ਦੀ ਨੀਅਤ ਠੀਕ ਹੋਵੇ ਤੇ ਪੋਜ਼ਿਟਿਵ ਥਿੰਕ ਹੋਵੇ ਔਰ ਮਾਪਿਆਂ ਦੀਆਂ ਦੁਆਵਾਂ ਨਾਲ ਹੋਣ ਤਾਂ ਜਦੋਂ ਜਨਾਬ ਮਾਪਿਆਂ ਦੀ ਦੁਆਵਾਂ ਨਾਲ ਹੋਣ ਤੇ ਬੰਦਾ ਕਿਤੇ ਵੀ ਨੁਕਸਾਨ ਨਹੀਂ ਉਠਾ ਸਕਦਾ ਲਾਈਵ ਕਾਲਰ ਕੌਣ ਤੇ ਕਿੱਥੋਂ ਚੈੱਕ ਕਰ ਲੈਂਦੇ ਹਾਂ ਅਸੀਂ ਨਦੀ ਸਾਡੇ ਨਾਲ ਹਾਜੀ ਨਵੀਦ ਜੀ ਵੈਲਕਮ ਕਰਦੇ ਹਾਂ ਤੁਹਾਨੂੰ ਲਾਈਵ ਕਾਲਰ ਨੇ ਹਾਜੀ ਨਵੀਦ ਜੀ ਲਾਈਵ ਕਾਲਰ ਤੋਂ ਬਾਅਦ ਤੁਹਾਡੀ ਕਾਲ ਸ਼ਾਮਿਲ ਕਰਾਂਗੇ ਅਸੀਂ ਪ੍ਰੋਗਰਾਮ ਚ ਵੈਲਕਮ ਜੀ ਆਇਆਂ ਨੂੰ ਸਤਿ ਬਿਸਮਿਲਾ ਜੀ ਹੈਲੋ ਜੀ ਅਸਲਾਮ ਅਲੈਕਮ ਵਾਲੇਕੁਮ ਅਸਲਾਮ ਰਹਿਮਤੁਲਾਹ ਵਬਰਕਾਤਹੁ ਜੀ ਕੌਣ ਤੇ ਕਿੱਥੇ ਸਾਡੇ ਨਾਲ ਅੰਕਰ ਅਸਰ ਬੋਲ ਰਿਹਾ ਲੱਦੇ ਵਾਲਾ ਵੜੈਜ ਤੋਂ ਜਨਾਬ ਲੱਦੇ ਵਾਲੇ ਵੜੈਜ ਤੋਂ ਤੇ ਉੱਤੋਂ ਅੰਕਲ ਰਿਆਸਤ ਅੰਕਲ ਜੀ ਕਿਹੜੀ ਰਿਆਸਤ ਦੇ ਬਦਲੇ ਤੁਸੀਂ ਆਪਣਾ ਨਾਮ ਰੱਖਿਆ ਸੀ ਰਿਆਸਤ ਦਾ ਮਤਲਬ ਹੁੰਦਾ ਨਾ ਇੱਕ ਸਰਜ਼ਮੀਨ ਹਾਂਜੀ ਜਿੱਦਾਂ ਕਿ ਇੱਕ ਰਿਆਸਤ ਗਲਤੀ ਹੋ ਗਈ ਸੀ ਅਸਰ ਗੱਲ ਇਹ ਕਿ ਜਿਵੇਂ ਭੁੱਟੋ ਸਾਹਿਬ ਸਨ ਤੇ ਹਜ਼ਾਰਾਂ ਮਾਵਾਂ ਨੇ ਨਾਮ ਰੱਖ ਲਿਆ ਹਾਂ ਹਾਂ ਠੀਕ ਹੈ ਇਸੇ ਤਰ੍ਹਾਂ ਸਾਡੇ ਆਮਦਨ ਨਗਰ ਚੌਧਰੀ ਰਿਆਸਤ ਲਈ ਹੋਇਆ ਸੀ ਅੰਕਲ ਜੀ ਤਬੀਅਤ ਸਿਹਤ ਠੀਕ ਹੈ ਤੁਹਾਡੀ ਮੈਂ ਕਿਹਾ ਕਿੱਦਾਂ ਠੀਕ ਠਾਕ ਹੈ ਉਹ ਤਬੀਅਤ ਸਿਹਤ ਠੀਕ ਹੈ ਇਨਸਾਨ ਸ਼ੁਕਰ ਅਲਹਮਦੁਲਿਲਾ ਮੈਂ ਕਿਹਾ ਵੀ ਚਲੋ ਹਾਜ਼ਰੀ ਲਵਾ ਲਈਏ ਅੱਛਾ ਜਿਹੜਾ ਤੁਹਾਡਾ ਟਾਪਿਕ ਹੈ ਨਾ ਜੀ ਜੀ ਉਹ ਨਬੀ ਪਾਕ ਦੀ ਉਮਰ ਚ ਹੋਏ ਪੈਦਾ ਨਬੀ ਪਾਕ ਦੀ ਦਾਤ ਨਸੀਬ ਹੋਵੇ ਜੀ ਉਹਨਾਂ ਅਮਲਾਂ ਦੀ ਰੱਬ ਤਫੀਕ ਦੇਵੇ ਜੋ ਸਾਬਤ ਵਿੱਚ ਕੁਰਾਨ ਹਦੀਸ ਹੋਵੇ ਦਰਅਸਲ ਸੁਣੀਏ ਮੁਹੰਮਦ ਕਰੀਮ ਵਾਲਾ ਜੀ ਜੀ ਦੋਜ਼ਖ ਦੂਰ ਤੇ ਜੰਨਤ ਕਰੀਬ ਹੋਵੇ ਜੀ ਜੀ ਤੇ ਜ਼ਿਕਰ ਲਾ ਇਲਾਹਾ ਇਲੱਲਾ ਦਾ ਕਰਦਾ ਰਹੋ ਰਿਆਸਤ ਇਨਸ਼ਾਅੱਲਾ ਮਾਮਲਾ ਸਬਰ ਤੇ ਵਾਹ ਜੀ ਵਾਹ ਕਮਾਲ ਹੋ ਗਿਆ ਕਮਾਲ ਹੋ ਗਿਆ ਬਾਕੀ ਅੱਜ ਕੱਲ ਦਾ ਜਿਹੜਾ ਦੌਰ ਹੈ ਨਾ ਜੀ ਜੀ ਉਹਦੀ ਮੈਂ ਕਾਫੀ ਥੋੜੀ ਜਿਹੀ ਕੀਤੀ ਹੈ ਕਿ ਅੱਜ ਦੌਰ ਦੇ ਫੈਸ਼ਨ ਹੁਸਨਾ ਦਾ ਅੱਛਾ ਫੈਸ਼ਨ ਹੁਸਨਾ ਦਾ ਅੱਛਾ ਅੱਜ ਦੌਰ ਦੇ ਫੈਸ਼ਨ ਹੁਸਨਾ ਦਾ ਮੁੱਲ ਪੈਂਦੇ ਨੇ ਪਾਰਟੀਆਂ ਲੀਡਰਾਂ ਦੇ ਹਾਂ ਮੁੱਲ
ਪੈਂਦੇ ਨੇ ਪਾਟੀਆਂ ਲੀਰਾਂ ਦੇ ਕਮਾਲ ਹੋ ਗਿਆ ਹਰ ਹੁਸਨ ਜਮਾਲ ਕਮਾਲ ਨਹੀਂ ਹੁੰਦਾ ਵੇਖੇ ਦੋ ਦੋ ਰੁੱਖ ਤਸਵੀਰਾਂ ਦੇ ਕੀ ਬਾਤ ਹੈ ਅੱਛਾ ਅੰਕਲ ਜੀ ਤੁਹਾਡੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਨਾ ਉਹ ਕੀ ਹੈ ਮੈਨੂੰ ਦੱਸਿਓ ਜ਼ਰਾ ਉਹ ਮੇਰੀ ਜ਼ਿੰਦਗੀ ਦਾ ਮਕਸਦ ਇਹ ਵੇ ਕਿ ਅੱਲਾਹ ਪਿਛਲੇ ਗੁਨਾਹ ਮਾਫ ਕਰੇ ਤੇ ਐਂਦਾ ਬਚਣ ਦੀ ਤੋਫੀਕ ਕਮਾਲ ਹੋ ਗਿਆ ਥੈਂਕ ਯੂ ਸੋ ਮਚ ਜਿਨੇ ਹੋ ਵਸਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਬਾਨੋ ਤੇ ਅਮਰ ਮਾਨ ਸਾਹਿਬ ਜਿਦਰ ਨੂੰ ਬਾਦ ਸਭ ਨੂੰ ਸਲਾਮ ਅਲੈਕਮ ਹਾਂਜੀ ਜੀ ਲੋ ਆਇਆ ਕਰੋ ਸ਼ੇਖ ਅਲਤਾਫ ਤੋਂ ਬਾਅਦ ਪੈਰੋ ਸਾਰੇ ਤੁਰ ਗਏ ਜੀ ਠੀਕ ਹੋ ਗਿਆ ਥੈਂਕ ਯੂ ਸੋ ਮਚ ਜੀ ਸ਼ੇਖ ਅਲਤਾਫ ਸਾਹਿਬ ਨੂੰ ਯਾਦ ਕਰਾਤਾ ਤੁਸੀਂ ਸਾਨੂੰ ਅੱਜ ਸਾਡੇ ਬਹੁਤ ਰੈਗੂਲਰ ਲਿਸਨਰ ਸਨ ਇਸ ਦੁਨੀਆ 'ਚ ਅੱਜਕੱਲ੍ਹ ਨਹੀਂ ਨੇ ਅੱਲਾਹ ਤਾਲਾ ਉਹਨਾਂ ਨੂੰ ਜਨਤੁਲ ਫਿਰਦੌਸ 'ਚ ਆਲਾ ਮਕਾਮ ਅਤਾ ਫਰਮਾਏ ਜੀ ਹਾਜੀ ਨਵੀਦ ਜੀ ਕਿੱਦਾਂ ਠੀਕ ਠਾਕ ਹੋ ਵਧੀਆ ਫਸਟ ਕਲਾਸ ਹੋ ਐ ਸੁਣੋ ਕੀ ਕਹਿੰਦਾ ਹੈ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਉਹ ਵੀ ਦੱਸ ਦਿਓ ਮੈਨੂੰ 0554551106 ਪੱਕਾ ਮੇਰਾ ਰਾਬਤਾ ਨੰਬਰ ਇੱਕ ਤੇ ਫਰਾਰੀ ਸਾਡੀ ਦੂਜੀਆਂ ਨੇ ਯਾਰੀਆਂ ਜ਼ਿੰਦਗੀ ਦਾ ਮਕਸਦ ਬਹੁਤ ਅਹਿਮ ਹੋਣਾ ਚਾਹੀਦਾ ਤੇ ਬਹੁਤ ਜ਼ਰੂਰੀ ਵੀ ਹੁੰਦਾ ਜ਼ਿੰਦਗੀ ਦਾ ਮਕਸਦ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਉਹਦਾ ਮਕਸਦ ਹੁੰਦਾ ਨਾ ਤੇ ਮਕਸਦ ਜਦੋਂ ਤੱਕ ਹਾਸਲ ਨਾ ਹੋਵੇ ਤਾਂ ਫਿਰ ਉਹ ਕੰਮ ਅਧੂਰਾ ਰਹਿ ਜਾਂਦਾ ਡਿੰਗ ਡੰਗ ਡਿੰਗ ਡੰਗ ਡਿੰਗ ਡੰਗ ਡਿੰਗ ਡੰਗ ਡਿੰਗ ਡੰਗ ਚਾਰ ਦਿਨਾਂ ਦੀ ਦੁਨੀਆਂ ਦੋ ਤਿੰਨ ਕਿੱਲੇ ਵਿੱਚ ਫਰਾਰੀ ਲੈ ਭਾਵੇਂ ਸੂਲੀ ਚੜਨਾ ਪੈ ਜੇ ਜੱਟ ਯਾਰਾਂ ਦੀ ਯਾਰੀ ਲੈ ਹੱਕ 15 ਸਵਾਰੀਆਂ ਕਿਉਂਕਿ ਫਰਾਰੀ ਨਾਲੋਂ ਚੰਗੀਆਂ ਨੇ ਯਾਰੀਆਂ ਕਿਉਂਕਿ ਫਰਾਰੀ ਨਾਲੀ ਦੂਜੀਆਂ ਨੇ ਯਾਰੀਆਂ ਚੱਲੇ ਫਰਾਰੀ ਜੱਟਾਂ ਦੀ ਜਦੋਂ ਚੱਲੇ ਫਰਾਰੀ ਜੱਟਾਂ ਦੀ ਪਰਵਾਹ ਨਹੀਂ ਕਰਦੇ ਜੱਟਾਂ ਦੀ ਜਦੋਂ ਚੱਲੇ ਫਰਾਰੀ ਜੱਟਾਂ ਦੀ ਪਰਵਾਹ ਨਹੀਂ ਕਰਦੇ ਜੱਟਾਂ ਦੀ ਮੁੜ ਕੇ ਮੈਂ ਆਵਾਂਗਾ ਹਾਜੀ ਨਵੀਦ ਜੀ ਦੱਸਿਓ ਤੁਹਾਡੀ ਜ਼ਿੰਦਗੀ ਦਾ ਮਕਸਦ ਹੈ 0554551106 ਮੇਰਾ ਰਾਬਤਾ ਨੰਬਰ ਤਾਹ ਅਮਰ ਔਰ ਜਨਾਬ ਬਹੁਤ ਹੀ ਕਿਊਟ ਜਿਹੇ ਕਾਲਰ ਨੇ ਸਾਡੇ ਔਰ ਇਹਨਾਂ ਨੇ ਜਨਾਬ ਕੀ ਕੀਤਾ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ ਜੀ ਤਾਹ ਅਮਰ ਨੇ ਜਨਾਬ ਕੀ ਕੀਤਾ ਜੀ 6th ਕਲਾਸ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਕਮਾਲ ਹੋ ਗਿਆ ਜੀ ਆਈ ਲਾਈਕ ਯੂਰ ਸ਼ੋ ਥੈਂਕ ਯੂ ਸੋ ਮਚ ਜੀ ਔਰ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਤਾਹ ਤੁਹਾਨੂੰ ਇਸ ਤਰ੍ਹਾਂ ਕਾਮਯਾਬ ਕਰੇ ਔਰ ਇਸੇ ਤਰ੍ਹਾਂ ਤੁਸੀਂ ਪੋਜੀਸ਼ਨ ਲੈਂਦੇ ਲੈਂਦੇ ਕਿਸੇ ਆਲਾ ਮੁਕਾਮ ਤੇ ਪਹੁੰਚ ਜਾਓ ਥੈਂਕ ਯੂ ਸੋ ਮਚ ਤਾਹ ਫਰਾਰੀ ਸਾਡੀ ਦੂਜੀਆਂ ਨੇ ਯਾਰੀਆਂ ਛੋਟੀ ਫਰਾਰੀ ਸਾਡੀ ਸੋਹਣੀਆਂ ਨੇ ਯਾਰੀਆਂ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਲਿਖ ਕੇ ਸੈਂਡ ਕਰ ਦੇਗੇ 4471 ਤੇ ਨਿੱਕਾ ਜਿਹਾ ਟਾਈਮ ਚੈੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਮੁੜਾ ਗਾਵਾਂ ਇਸ ਤੋਂ ਬਾਅਦ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ 8 p.m. This time check is brought to you by Ideas by Gul Ahmed. Ideas ke saath is saal ki sabse badi yaar ji sare sun wale sajna mile mitran taliyan de kiran jinna hun radio tune karya ji jinna ne hune 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 thodi der pehle radio la ke tune kita na ai kan marod ke on karta na radio unnu kawange ji sat bismillah ji janu sare nal kaun san ji haji gulam mustafa saab thank you so much ji welcome karde hain show ch gujranwala to aur haji naveed saab nu bahut zyada salam keh rahe si ji tuhanu salam pahunch gaya ji thank you so much haji saab aur to baad kaun ne ji sare nal ji ਮਾਜਿਦ ਨੇ ਔਰ ਮਾਜਿਦ ਕੀ ਕਹਿੰਦੇ ਨੇ ਮਾਜਿਦ ਮੁਸਫਾ ਸਾਹਿਬ ਕਹਿੰਦੇ ਨੇ ਕਿ ਮੈਂ ਪਾਇਲਟ ਬਣਾਂਗਾ ਅੱਛਾ ਜੀ ਕਮਾਲ ਹੋ ਗਿਆ ਜਹਾਜ਼ ਡਾ ਹੋ ਗਿਆ ਕਮਾਲ ਦੀ ਗੱਲ ਹੈ ਜੀ ਵੈਸੇ ਔਰ ਰੱਬ ਤਾਲਾ ਦੀ ਜ਼ਾਤ ਤੁਹਾਨੂੰ ਇਸ ਮਕਸਦ ਚ ਕਾਮਯਾਬ ਕਰੇ ਔਰ ਇੰਨਾ ਵੱਡਾ ਯਾਨੀ ਕਿ ਇਹ ਜਿਹੜਾ ਨਾ ਜਹਾਜ਼ ਉਡਾਣਾ ਕੋਈ ਸੌਖੀ ਗੱਲ ਨਹੀਂ ਹੈ ਦੇਖੋ ਜੀ ਅੱਲਾਹ ਤਾਲਾ ਦੀ ਕੁਦਰਤ ਆ ਕਿ ਕਿੰਨਾ ਵਜ਼ਨ ਹੁੰਦਾ ਤੇ ਅਸਮਾਨ ਤੇ ਜਨਾਬ ਤੈਰ ਰਿਹਾ ਹੁੰਦਾ ਜੀ ਇਹ ਰੱਬ ਦੀ ਕੁਦਰਤ ਆ ਔਰ ਤੁਹਾਨੂੰ ਇਸ ਮਕਸਦ ਦੇ ਵਿੱਚ ਅੱਲਾਹ ਤਾਲਾ ਜ਼ਾਤ ਕਾਮਯਾਬ ਕਰੇ ਥੈਂਕ ਯੂ ਸੋ ਮਚ ਔਰ ਵਾਜਦ ਮੁਸਫਾ ਸਾਹਿਬ ਕੀ ਕਹਿੰਦੇ ਨੇ ਕਿ ਜੀ ਮੈਂ ਡਾਕਟਰ ਬਣਾਂਗਾ ਔਰ ਮੁਲਕ ਕੌਮ ਦੀ ਖਿਦਮਤ ਕਰਾਂਗਾ ਉਹ ਕਮਾਲ ਹੋ ਗਿਆ ਆਲਾ ਪੈਸ਼ਨ ਜੀ ਤੇ ਹੋਰ ਕੌਣ ਨੇ ਸਾਡੇ ਨਾਲ
ਦੁਰਵਿਸ਼ੇਰੂ ਕਿੱਥੇ ਹੋ? ਇੱਥੇ ਬੈਠੇ ਹੋ ਨਾ, ਨਜ਼ਰ ਆ ਰਹੇ ਮੈਨੂੰ। ਔਰ ਇਹਨਾਂ ਦਾ ਇੱਕੋ ਹੀ ਮਕਸਦ ਆ, ਦੱਸ ਦਿਓ। ਨਹੀਂ, ਜਸਟ ਕਿਡਿੰਗ, ਅਮਨ ਦੁਰਵਿਸ਼ੇਰੂ ਕਾਰਟੂਨ ਦੇਖਣ ਦੇ ਬਹੁਤ ਫੈਨ ਨੇ ਨਾ, ਲੇਕਿਨ ਮਕਸਦ ਕੁਝ ਹੋਰ ਹੈ ਉਹਨਾਂ ਦਾ। ਫਿਰ ਲਾ ਲਓ ਕਾਰਟੂਨ ਦੇ ਮੂਡ ਦੇ ਵਿੱਚ, ਨਹੀਂ ਨਹੀਂ, ਕਿਉਂਕਿ ਮੇਰਾ ਪ੍ਰੋਗਰਾਮ ਸੁਣਦਾ ਹੈ ਨਾ। ਥੈਂਕ ਯੂ ਸੋ ਮਚ ਅਮਨ, ਥੈਂਕ ਯੂ ਸੋ ਮਚ ਜੀ। ਹਾਂਜੀ, ਨਵੀਦ ਜੀ ਸ਼ਾਮਿਲ ਹੁੰਦੇ ਨੇ, ਵੈਲਕਮ ਜੀ। ਔਰ ਹਾਜੀ ਗੁਲਾਮ ਮੁਸਫਾ ਸਾਹਿਬ ਨੂੰ ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਔਰ ਅੰਕਲ ਰਿਆਸਤ ਨੂੰ ਵੀ ਬਹੁਤ ਸਾਰਾ ਸਲਾਮ। ਔਰ ਕਹਿੰਦੇ ਨੇ ਕਿ ਜੀ ਮੇਰਾ ਮਕਸਦ ਹੈ ਕਿ ਮੇਰੀ ਜ਼ਬਾਨ ਤੇ ਹੱਥ ਤੇ ਜ਼ਬਾਨ ਤੋਂ ਹਰ ਮੂਮਨ ਜਿਹੜਾ ਨਾ ਉਹ ਮਹਫੂਜ਼ ਰਵੇ, ਮੇਰੀ ਜ਼ਿੰਦਗੀ ਦਾ ਮਕਸਦ ਹੈ। ਬਹੁਤ ਆਲਾ ਮਕਸਦ ਜੀ, ਜ਼ਬਰਦਸਤ ਤੁਸੀਂ ਡਿਸਕ੍ਰਿਪਸ਼ਨ ਕੀਤੀ ਹੈ ਜੀ, ਔਰ ਬਹੁਤ ਹੀ ਵਧੀਆ ਤੇ ਸੋਹਣੀ ਜੀ ਗੱਲ ਕੀਤੀ, ਥੈਂਕ ਯੂ ਸੋ ਮਚ। ਸਿਫਰ 5545551056 ਮੇਰਾ ਰਾਬਤਾ ਨੰਬਰ। ਬਿਊਟੀਫੁਲ ਜਿਹਾ ਟਰੈਕ, ਆਈ ਲਵ ਦਿਸ ਟਰੈਕ, ਬਟ ਵਾਈ ਆਈ ਡੋਂਟ ਨੋ। ਡੈਡੀਕੇਟ ਟੂ ਆਲ ਆਫ ਯੂ, ਜਨਤ ਬਾਬਰ, ਇੰਜੋਏ ਕਰੋ ਇਸ ਟਰੈਕ ਨੂੰ, ਸਾਰੇ ਸੁਣਨ ਵਾਲਿਆਂ ਨੂੰ ਸਲਾਮ। ਔਰ ਜਨਤ ਬਾਬਰ ਕਹਿੰਦੇ ਕਿ ਮੇਰੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਦੁਨੀਆਂ ਨੂੰ ਭਲਾਈ ਦੀ ਤਰਫ ਲੈ ਕੇ ਆਵਾਂ। ਕਮਾਲ ਦਾ ਮਕਸਦ ਹੈ, ਲੇਕਿਨ ਫਿਲਹਾਲ ਇਸ ਸੌਂਗ ਨੂੰ ਇੰਜੋਏ ਕਰਦੇ ਹਾਂ। ਤੂੰ ਸੁਣ ਰਹੇ ਨੇ, ਵੈਲਕਮ ਜੀ। ਔਰ ਜ਼ਾਹਿਦ ਮੁਸਫਾ ਸਾਹਿਬ ਨੂੰ ਬਹੁਤ ਸਾਰਾ ਸਲਾਮ ਕਹਿ ਰਹੇ, ਥੈਂਕ ਯੂ ਸੋ ਮਚ।
ਔਰ ਉਸ ਤੋਂ ਬਾਅਦ ਕੌਣ ਨੇ ਸਾਡੇ ਨਾਲ ਡਾਕਟਰ ਅਫਜ਼ਲ ਸਾਹਿਬ ਨੇ ਨਾਰੋਵਾਲ ਤੋਂ ਉਹਨਾਂ ਦੀ ਜਨਾਬ ਥੋੜੀ ਜਿਹੀ ਕਾਲ ਲੰਮੀ ਆ ਲੰਮੀ ਜਿਹੀ ਕਾਲ ਆ ਲੇਕਿਨ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਮੁੜ ਕੇ ਮੈਂ ਆਵਾਂਗਾ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਐਮ ਇਜ਼ ਬ੍ਰੌਟ ਟੂ ਯੂ ਬਾਈ ਆਈਡੀਆਜ਼ ਬਾਈ ਗੁਲ ਅਹਿਮਦ ਲੈਟ ਦ ਵਿੰਟਰ ਬਿਗਿਨ ਆਈਡੀਆਜ਼ ਬਾਈ ਗੁਲ ਅਹਿਮਦ ਸਲਾਈਸ ਮੇਰੀ ਮੀਠੀ ਚਾਟ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੁੜ ਕੇ ਮੈਂ ਆ ਗਿਆ ਵਾਂ ਔਰ ਡਾਕਟਰ ਅਫਜ਼ਲ ਦੀ ਗੱਲ ਕਰਦੇ ਪਏ ਸੀ ਨਾਰੋਵਾਲ ਤੋਂ ਡਾਕਟਰ ਅਫਜ਼ਲ ਸਾਹਿਬ ਬੜੇ ਹੀ ਨਫੀਸ ਇਨਸਾਨ ਨੇ ਔਰ ਬੜੇ ਕਿਊਟ ਪਰਸਨੈਲਿਟੀ ਦੇ ਮਾਲਕ ਨੇ ਜਨਾਬ ਔਰ ਕੀ ਹੋਇਆ ਕਿ ਇੱਕ ਦਫ਼ਾ ਇਤਫਾਕ ਹੋਇਆ ਸੀ ਨਾਰੋਵਾਲ ਜਾਣ ਦਾ ਸਾਡਾ ਤੇ ਇਹਨਾਂ ਨਾਲ ਮੁਲਾਕਾਤ ਹੋ ਗਈ ਰਾਹ ਪੇ ਜਾਂਦੇ ਇਹਨਾਂ ਨੇ ਜਨਾਬ ਧੱਕੋ ਧੱਕੀ ਬਿਠਾ ਲਿਆ ਸਾਨੂੰ ਤੇ ਬਹੁਤ ਹੀ ਅੱਛਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਕੀ ਕੀਤਾ ਇਹਨਾਂ ਨੇ ਫਿਰ ਜੋ ਕੀਤਾ ਉਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਵੈਲਕਮ ਜੀ ਡਾਕਟਰ ਅਫਜ਼ਲ ਸਾਹਿਬ ਔਰ ਜ਼ੁਬੈਰ ਮੁਦੱਸਰ ਸਾਹਿਬ ਵਜ਼ੀਰਾਬਾਦ ਤੋਂ ਤੁਸੀਂ ਟਵੀਨ ਕੀਤਾ 106 ਆਵਾਜ਼ ਗੁਜਰਾਂਵਾਲਾ ਜੀ ਆਇਆਂ ਨੂੰ ਕਹਿੰਦੇ ਆ ਔਰ ਜਨਾਬ ਮਕਸਦ ਜ਼ਿੰਦਗੀ ਦਾ ਤੁਸੀਂ ਵੀ ਸਾਨੂੰ ਦੱਸ ਦਿਓ ਕਿ ਕੀ ਹੈ 0545551106 ਦੇ ਰਾਹੀਂ ਫੋਨ ਕਾਲ ਕਰਕੇ ਜੀ ਔਰ ਕੌਣ ਨੇ ਜੀ ਅਸਲਾਮ ਅਲੈਕੁਮ ਮੈਸੇਜ ਦੇ ਰਾਹੀਂ ਵਾਲੇਕੁਮ ਅਸਲਾਮ ਔਰ ਜ਼ੀ ਨੇ ਜ਼ੀ ਕਹਿੰਦੇ ਨੇ ਕਿ ਜੀ ਉਮਰ ਫਾਰੂਕ ਨੂੰ ਸਲਾਮ ਅਲੈਕੁਮ ਔਰ ਇੱਕ ਸੌਂਗ ਜੀ ਜ਼ਰੂਰ ਪਲੇ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਔਰ ਕਹਿੰਦੇ ਨੇ ਕਿ ਮੈਂ ਹਿਫਜ਼ ਕਰਨਾ ਚਾਹੁੰਦੀ ਹਾਂ ਲਓ ਜੀ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਤੁਹਾਡੇ ਮਕਸਦ ਚ ਕਾਮਯਾਬ ਕਰੇ ਜੀ ਸਾਜਿਦ ਮੁਸਤਫਾ ਸਾਹਿਬ ਨੇ ਸਾਡੇ ਨਾਲ ਔਰ ਕੀ ਸੁਣਨਾ ਚਾਹੁੰਦੇ ਨੇ ਉਹ ਹਾਂ ਜੀ ਉਹਨਾਂ ਨੇ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਕੁਝ ਵੀ ਸੁਣਨ ਨੂੰ ਕਿਹਾ ਲਓ ਜੀ ਸੁਣੋ ਜੀ ਇੰਜੋਏ ਕਰੋ ਬਹੁਤ ਹੀ ਖੂਬਸੂਰਤ ਜੀ ਇਹ ਕਲਾਮ ਮੈਨੂੰ ਬਹੁਤ ਪਸੰਦ ਆ ਤੁਹਾਨੂੰ ਵੀ ਪਸੰਦ ਆਏਗਾ ਆਈ ਹੋਪ ਸੋ 0545551106 ਮੇਰਾ ਰਾਬਤਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਲਿਖ ਕੇ ਸੈਂਡ ਕਰ ਦੋਗੇ 4471 ਤੇ ਔਰ ਜ਼ਿੰਦਗੀ ਦਾ ਮਕਸਦ ਜ਼ਰੂਰ ਦੱਸਿਆ ਜੀ ਕਿਉਂਕਿ ਇਨਸਾਨ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਨਸਾਨ ਨੂੰ ਔਰ ਜ਼ਿੰਦਗੀ ਦਾ ਕੋਈ ਨਾ ਕੋਈ ਏਮ ਹੁੰਦਾ ਹੈ ਕੋਈ ਨਾ ਕੋਈ ਪੈਸ਼ਨ ਹੁੰਦਾ ਹੈ ਕੋਈ ਨਾ ਕੋਈ ਮਕਸਦ ਹੁੰਦਾ ਹੈ ਵਾਹ ਕਮਾਲ ਹੋ ਗਿਆ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ ਕਈਆਂ ਦਾ ਦਿਲ ਤੋੜਨ ਦਾ ਵੀ ਮਕਸਦ ਹੁੰਦਾ ਹੈ ਦਿਲ ਤੋੜ ਤੋੜ ਕੇ ਤੋੜ ਤੋੜ ਕੇ ਦਿਲ ਤੋੜੀ ਜਾਂਦੇ ਨੇ ਔਰ ਉਹਨਾਂ ਨੂੰ ਸ਼ੌਕ ਹੁੰਦਾ ਲੋਕਾਂ ਦੇ ਦਿਲਾਂ ਦੇ ਨਾਲ ਖੇਡਣ ਦਾ ਲੇਕਿਨ ਇਹ ਜੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿਸੇ ਦਾ ਦਿਲ ਦਿਖਾ ਰਹੇ ਹਾਂ ਦਿਲ ਉਜ਼ਾਰੀ ਕਰ ਰਹੇ ਹਾਂ ਕੱਲ ਨੂੰ ਸਾਡਾ ਵੀ ਦਿਲ ਟੁੱਟ ਸਕਦਾ ਇਹੋ ਜਿਹਾ ਮਕਸਦ ਹੋਣਾ ਚਾਹੀਦਾ ਕਿ ਜਿੱਥੇ ਕਿਸੇ ਦੇ ਦਿਲ ਆਜ਼ਾਰੀ ਨਾ ਹੋਵੇ ਅਨਸੀਮਾ ਸ਼ਾਮਿਲ ਹੁੰਦੇ ਨੇ ਵੈਲਕਮ ਜੀ ਅਨਸੀਮਾ ਜੀ ਕੀ ਹਾਲ ਨੇ ਔਰ ਅਨਸੀਮਾ ਕਹਿੰਦੇ ਨੇ ਕਿ ਮੇਰਾ ਮਕਸਦ ਹੈ ਕਿ ਮੈਂ ਦੂਸਰਿਆਂ ਨੂੰ ਖੁਸ਼ ਰੱਖ ਸਕਾਂ ਉਹ ਆ ਕਮਾਲ ਤੇ ਆਲਾ ਗੱਲ ਕੀਤੀ ਆ ਸਾਜਿਦ ਮੁਸਫਾ ਵੱਲੋਂ ਜਨਾਬ ਡੈਡੀਕੇਟ 12 ਯੂ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਮੋੜ ਦੇ
ਮੈਸੇਜ ਜ਼ੁਬੀਆ ਸ਼ੇਖ ਨੇ ਕੀਤਾ ਔਰ ਕਹਿੰਦੇ ਨੇ ਕਿ ਜੀ ਮੇਰਾ ਇੱਕ ਮਕਸਦ ਹੈ ਜ਼ਿੰਦਗੀ ਦਾ ਪ੍ਰੋਗਰਾਮ ਦੀ ਤਾਰੀਫ ਕਰਨ ਲਈ ਬਹੁਤ ਜ਼ਿਆਦਾ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੀ ਤਾਰੀਫ ਕਰਨ ਦਾ ਵੀ ਮਕਸਦ ਹੈ ਕਹਿੰਦੇ ਨੇ ਕਿ ਜੀ ਮੇਰੇ ਬੱਚੇ ਅਬਦੁਲ ਹਾਦੀ ਤੇ ਅਬਦੁਲ ਰਹੀਮ ਜਿਹੜੇ ਆ ਆਲਮ ਬਣ ਜਾਣ ਔਰ ਹਾਫਿਜ਼ ਕੁਰਾਨ ਵਾਹ ਜੀ ਵਾਹ ਕਮਾਲ ਹੋ ਗਿਆ ਥੈਂਕ ਯੂ ਸੋ ਮਚ ਜ਼ੁਬੀਆ ਸ਼ੇਖ ਔਰ ਉਹਦੇ ਤੋਂ ਬਾਅਦ ਜਨਾਬ ਕੌਣ ਨੇ ਸਾਡੇ ਨਾਲ ਜਨਤ ਬਾਬਰ ਜੀ ਜ਼ਰੂਰ ਮੈਂ ਪਲੇ ਕਰਾਂਗਾ ਲਾਈਵ ਕਾਲਰ ਕੌਣ ਤੇ ਕਿੱਥੋਂ ਤੇ ਕੀ ਕਹਿਣਾ ਚਾਹ ਰਹੇ ਹੈਲੋ ਜੀ ਅਸਲਾਮ ਅਲੈਕਮ ਵਾਲੇਕਮ ਅਸਲਾਮ ਜੀ ਕੌਣ ਅਲਹਮਦ ਖੁਦਾ ਜਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਾਰਦਾ ਕਮਾਲ ਕਮਾਲ ਹੋ ਗਿਆ ਜੀ ਜਨਾਬ ਉਮਰ ਗੱਲ ਤਾਂ ਕਰਦਾ ਹਰੀਪੁਰ ਤੋਂ ਉਮਰ ਤੇ ਹਰੀਪੁਰ ਤੋਂ ਉਮਰ ਜੀ ਕਿੱਦਾਂ ਵਧੀਆ ਫਸਟ ਕਲਾਸ ਹੋ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਭਾਈ ਤੁਸੀਂ ਸੁਣਾਓ ਕੀ ਹਾਲ ਹੈ ਠੀਕ ਠਾਕ ਹੋ ਕਿਵੇਂ ਗੁਜ਼ਰਿਆ ਪੂਰਾ ਵੀਕ ਦਸ ਬਗੈਰ ਮੈਂ ਬਹੁਤ ਵੀਕ ਹੋ ਗਿਆ ਇਸ ਵੀਕ ਚ ਪਤਾ ਕੀ ਹੋਇਆ ਮੈਂ ਪਤਾ ਨੀ ਕਿਉਂ ਵੀਕ ਹੋ ਗਿਆ ਯਾਰ ਨਹੀਂ ਯਕੀਨ ਕਰਕੇ ਮੰਨੋ ਤੁਸੀਂ ਨਾ ਦੋ ਤਿੰਨ ਦਿਨ ਆਇਆ ਕਰੋ ਇੱਕ ਦਿਨ ਸਾਨੂੰ ਦੁਬਾਰਾ ਨੀ ਖਾਂਦਾ ਮੈਂ ਫਿਰ ਹੋਰ ਵੀਕ ਹੋ ਜਾਵਾਂਗਾ ਨਹੀਂ ਫਿਰ ਤੁਸੀਂ ਦਰਕਾਰ ਦਾ ਨਜ਼ਦੀਕ ਹੋ ਜਾਓਗੇ ਵਾਹ ਜੀ ਉਮਰ ਉਮਰ ਤੁਸੀਂ ਸਾਡੇ ਦਿਲ ਚ ਵਸਦੇ ਹੋ ਥੈਂਕ ਯੂ ਸੋ ਮਚ ਉਮਰ ਜੀ ਔਰ ਯਕੀਨ ਕਰਕੇ ਮੰਨੋ ਜੀ ਗੱਲ ਕਰਨ ਦੇ ਆਓ ਤੁਸੀਂ ਦੋ ਤਿੰਨ ਦਿਨ ਆਇਆ ਕਰੋ ਹੈ ਦੋ ਤਿੰਨ ਦਿਨ ਆ ਕੇ ਮੈਂ ਕੀ ਕਰਿਆ ਕਰਾਂ ਅੱਛਾ ਤੁਸੀਂ ਐਵੇਂ ਕਰਿਆ ਕਰੋ ਨਾ ਆਪਣੀ ਰੂਹ ਨੂੰ ਪਾਣੀ ਦੇ ਛੱਟੇ ਮਾਰ ਕੇ ਤਾਜ਼ਾ ਕਰ ਲਿਆ ਠੀਕ ਹੈ ਨਾ ਅੱਛਾ ਜੀ ਉਮਰ ਟੋਪਿਕ ਦੇ ਬਾਰੇ ਕੀ ਕਹੋਗੇ ਟੋਪਿਕ ਦੇ ਬਾਰੇ ਮੈਂ ਕਹਾਂਗਾ ਭਾਈ ਜੀ 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 ਭਾਈ ਜੀ ਕਹੋ ਅੱਲਾਹ ਹਾਂਜੀ ਅੱਛਾ ਪਹਿਲਾਂ ਹੱਸ ਲਓ ਫਿਰ ਟੋਪਿਕ ਤੇ ਗੱਲ ਕਰਾਂਗੇ ਆਪਾਂ ਹੱਸੋ ਜਰਾ ਹਾਂ ਇੱਕ ਵਾਰੀ ਹੋਰ ਹੱਸੋ ਜ਼ੋਰ ਦੀ ਹੱਸੋ ਜਰਾ ਅੱਜ ਸਾਰੇ ਹਫ਼ਤੇ ਦਾ ਹਾਸਾ ਜਰਾ ਇਕੱਠਾ ਕਰਕੇ ਰੱਖਿਆ ਤੁਸੀਂ ਹੱਸ ਲਓ ਅੱਛਾ ਬਸ ਰੱਜ ਗਏ ਹੋ ਹਾਂ ਉਮਰ ਉਮਰ ਇਹ ਕੀ ਕਹਿੰਦਾ ਅੱਛਾ ਤੁਸੀਂ ਵੀ ਤਮੀਜ਼ ਲਿਖਦੇ ਹੋ ਮੈਂ ਕੀ ਮੈਂ ਸਾਦਾ ਜਿਹਾ ਇਨਸਾਨ ਆ ਮੈਂ ਅੱਛਾ ਜੇ ਤਮੀਜ਼ ਲਿਖਦੇ ਹੋ ਉਹ ਸਾਦਾ ਨੀ ਹੁੰਦੇ ਕਮਾਲ ਹੋ ਗਿਆ ਜੀ ਕਮਾਲ ਹੋ ਗਿਆ ਪਹਿਲਾਂ ਹੱਸ ਲਓ ਨਾ ਕਿੱਥੇ ਮੈਨੂੰ ਤਾਂ ਸਮਝ ਨੀ ਸੀ ਲੱਗੀ ਦੁਬਾਰਾ ਹੱਸੋ ਜਰਾ ਧੱਕੋ ਨਾਲ ਕਿਸੇ ਨੂੰ ਹਸਾਣਾ ਹੋਵੇ ਕਿਸੇ ਸਜ਼ਾ ਦੇਣੀ ਹੋਵੇ ਨਾ ਲਿਸਨਰਸ ਤੇ ਉਹਨੂੰ ਕੋਈ ਹੱਸਣਾ ਸ਼ੁਰੂ ਕਰ ਦੇਵੇ ਤੇ ਇੱਦਾਂ ਦੇ ਫਿਰ ਹਾਸੇ ਨਿਕਲਦੇ ਆ ਅੰਦਰੋਂ ਭਾਵੇਂ ਇਹਨਾਂ ਦੇ ਛੁਰੀਆਂ ਚੱਲ ਰਹੀਆਂ ਹੁਣ ਇੱਕ ਵਾਰੀ ਹੋਰ ਹੱਸੋ ਜਰਾ ਹੈ ਹੱਸੋ ਹੱਸੋ ਮੇਰੀ ਗੱਲ ਸੁਣੋ ਪੁਰਾਣੇ ਮਾਈ ਡੀਅਰ ਲਵਲੀ ਸਵੀਟ ਹਾਰਟ ਇੱਕ ਵਾਰੀ ਹੋਰ ਹੱਸ ਕੇ ਵਿਖਾਓ ਅੱਛਾ ਅਸੀਂ ਵੀ ਜਾਂਦੇ ਤੇ ਕਿਤੇ ਨਹੀਂ ਬਾਜ਼ਦਾ ਬਸ ਅੱਛਾ ਟੌਪਿਕ ਤੇ ਕੀ ਕਹੋਗੇ ਜੀ ਉਮਰ ਸਾਹਿਬ ਬਸ ਕਰੋ ਲੋਕ ਪਾਗਲ ਕਹਿਣਾ ਸ਼ੁਰੂ ਹੋ ਜਾਣਗੇ ਕੀ ਕਹੋਗੇ ਟੌਪਿਕ ਤੇ ਬਿਲਕੁਲ ਬਿਲਕੁਲ ਹੱਸਣਾ ਖੇਡਣਾ ਚਾਹੀਦਾ ਔਰ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰੀ ਜਾਵੇ ਤੇ ਅੱਛੀ ਹੈ ਨਾ ਐਵੇਂ ਮੂੰਹ ਲਪੇਟ ਕੇ ਤੇ ਮੂੰਹ ਮਸੂੜ ਕੇ ਤੇ ਐਵੇਂ ਡਿੰਗੇ ਚਿੱਬੇ ਮੂੰਹ ਕਰਕੇ ਜ਼ਿੰਦਗੀ ਗੁਜ਼ਾਰਨ ਦਾ ਕੀ ਫਾਇਦਾ ਯਾਰ ਚਾਰ ਦਿਨਾਂ ਦੀ ਜ਼ਿੰਦਗੀ ਹੈ ਕੁਝ ਖਾ ਲਾ ਪੀ ਲਾ ਮੌਜ ਉਡਾ ਰਹਾ ਹੈ ਐਸ਼ ਕਰੋ ਮਿੱਤਰ ਹੈ ਪਰ ਦਿਲ ਨਾ ਕਿਸੇ ਦਾ ਦਿਖਾਇਓ ਕਿਉਂਕਿ ਜ਼ਿੰਦਗੀ ਜ਼ਿੰਦਗੀ ਚ ਸਿਰਫ ਇੱਕ ਵਾਰੀ ਮਿਲਦੀ ਹੈ ਉਮਰ ਔਰ ਜ਼ਿੰਦਗੀ ਜਦੋਂ ਮਿਲ ਜਾਂਦੀ ਹੈ ਤਾਂ ਫਿਰ ਜ਼ਿੰਦਗੀ ਬਣ ਜਾਂਦੀ ਹੈ ਔਰ ਜ਼ਿੰਦਗੀ ਦਾ ਮਕਸਦ ਸਾਡਾ ਜਿਹੜਾ ਆ ਉਹ ਅੱਜ ਕੀ ਆ ਮੈਨੂੰ ਸਮਝੋ ਬਾਹਰ ਆ ਗੱਲ ਦੱਸਦੇ ਨਾ ਯਾਰ ਕੀ ਮਕਸਦ ਹੈ ਕਾਮਯਾਬ ਕੀ ਹੋਇਆ ਤੁਹਾਡਾ ਲਾਟਰੀ ਨਿਕਲਿਆ ਹੀ ਹੈ ਤੁਸੀਂ ਹਾਂ ਕੀ ਹੋਇਆ ਕੀ ਹੋਇਆ ਕੀ ਹੈ ਦੱਸੋ ਗੱਲ ਕੀ ਹੋਇਆ ਭਾਈ ਅਸੀਂ ਨਾ ਸਾਰੀ ਦਿਹਾੜੀ ਦਿਨ ਦੇ ਰਾਤ ਖੇਰ ਖੂਰ ਦੇਣਾ ਤੇ ਸੋਈਆ ਮੈਂ ਰਾਤੀ 2 ਵਜੇ ਸੋਣਾ ਇੱਕ ਵਾਰ 11 ਵਜੇ ਉੱਠਣਾ ਅੱਛਾ ਅੱਲਾ ਪਾਕ ਦੀ ਰਾਤ ਦਾ ਐਸਾ ਕਰਮ ਹੋਇਆ 5 ਸਾਲ ਹੋ ਗਏ ਨੇ ਨਮਾਜ਼ ਕਰਮ ਵਾਲੀ ਪਹਿਲੀ ਸ਼ੁਰੂ ਕੀਤੀ ਕਮਾਲ ਉਹਨੇ ਲੈਣਾ ਇੱਥੇ ਗੁਰ ਵੱਜ ਰਿਹਾ ਅੱਲਾ ਪਾਕ ਦੀ ਰਾਤ ਦਾ ਕਰੋੜ ਵੀ ਸ਼ੁਕਰ ਹੈ 2 ਸਾਲ ਹੋ ਗਏ ਨੇ ਸੂਰਤ ਮੁਲਕ ਵੀ ਰਾਤ ਨੂੰ ਸ਼ਾਹ ਦੀ ਨਮਾਜ਼ ਪੜ੍ਹ ਕੇ ਮੈਂ ਬੁੱਧ ਪੜ੍ਹ ਰਿਹਾ ਕਮਾਲ ਭਾਈ ਉਹਨਾਂ ਦਾ ਤੇਰੀ ਬੜੀ ਕੀ ਬਾਤ ਬਹੁਤ ਆਲਾ ਦੱਸਣਾ ਚਾਹੀਦਾ ਭਾਈ ਹੋਣੇ ਕੋ ਤੁਹਾਡਾ ਸ਼ੋਅ ਇਸ ਤਰੀਕੇ ਦਾ ਵਕਤ ਦੀ ਨਜ਼ਰ
ਦਿਲ ਜਿੱਤ ਲਿਆ ਯਾਰ ਉਮਰ ਤੋਂ ਸ਼ੇਰ ਤੁਹਾਨੂੰ ਸੁਣਾਉਣਾ ਚਾਹਾਂਗੇ ਇੱਕ ਸ਼ੇਰ ਸ਼ੇਰ ਇੱਕ ਹੀ ਸੁਣਾਉਣਾ ਜੀ ਦੋ ਨਾ ਸੁਣਾਇਆ ਜੀ ਅੱਛਾ ਠੀਕ ਹੈ ਜੀ ਜੀ ਸੁਣਾਓ ਨੂਰ ਨਜ਼ਰ ਨਹੀਂ ਆਉਂਦਾ ਯਾਰ ਮੇਰਾ ਮੇਰੇ ਹੋਠ ਕੋਲ ਲਾਂਦੇ ਤੇ ਸੁੱਕ ਗਿਆ ਨਹੀਂ ਅੱਛਾ ਗੱਲ ਸੁਣੋ ਮੇਰੀ ਗੱਲ ਸੁਣੋ ਤੁਹਾਨੂੰ ਨਜ਼ਰ ਨਹੀਂ ਆਉਂਦਾ ਨਾ ਐਸ ਤੇ ਅਮਲ ਕਰੋ ਜੀ ਜੀ ਅਮਲ ਕਰੋ ਅਮਲ ਵੀ ਕਰਨਾ ਹੈ ਅੱਛਾ ਸੁਣਨਾ ਵੀ ਹੈ ਤੇ ਅਮਲ ਵੀ ਕਰਨਾ ਹੈ ਅੱਛਾ ਤੁਹਾਨੂੰ ਪਹਿਲਾਂ ਸੁਣਾਉਣਾ ਸ਼ੁਰੂ ਕੀਤਾ ਤੁਸੀਂ ਤੇ ਬਾਅਦ ਚ ਸੁਣਾਇਆ ਸੁਣਾਓ ਜੀ ਸੁਣਾਓ ਨੂਰ ਨਜ਼ਰ ਨਹੀਂ ਆਉਂਦਾ ਯਾਰ ਮੇਰਾ ਮੇਰੇ ਹੋਠ ਕੋਲ ਲਾਂਦੇ ਤੇ ਸੁੱਕ ਗਿਆ ਨਹੀਂ ਲੈਠੀ ਅਕਲ ਦੇ ਤੀਰ ਚਲਾ ਤੱਕੀ ਵਜਾ ਇੱਕ ਨਾ ਸਾਰੇ ਰੁਕਦੇ ਨਹੀਂ ਅੱਛਾ ਅੱਗੇ ਫੌਜ ਬੈਠੀ ਮਾਰੂ ਇਸ਼ਕ ਵਾਲੇ ਸਭ ਖੜਦੇ ਹੋਏ ਤੇ ਲੁਕਦੇ ਨੇ ਉਦੋਂ ਆਇਆ ਰਿਹਾਨ ਚਲਾ ਰਿਹਾ ਜਦੋਂ ਦਮ ਘਾਟਦੇ ਹੋਏ ਹਾਥੀ ਦੇ ਮੁੱਕ ਕੇ ਉਹ ਅੱਲਾ ਨਾ ਕਰੇ ਤੁਸੀਂ ਮਰੋ ਜਿੰਦੇ ਰਹੋ ਜਨਾਬ ਜਿੰਦੇ ਰਹੋ ਜੀ ਥੈਂਕ ਯੂ ਸੋ ਮਚ ਉਮਰ ਉਮਰ ਇਵੇਂ ਹੀ ਹੱਸਦੇ ਰਹੋ ਤੁਸੀਂ ਜੀ ਜੀ ਅੱਛਾ ਸੁਣਨ ਵਾਲੇ ਪ੍ਰੋਗਰਾਮ ਜ਼ਰੂਰ ਹੋਣਾ ਅੰਕਲ ਗੁਲਜ਼ਾਰ ਸਾਬਰੀ ਵੀ ਸੁਣ ਰਹੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਦਿਓ ਹਾਂਜੀ ਅੰਕਲ ਗੁਲਜ਼ਾਰ ਸਾਹਿਬ ਨੇ ਨੂੰ ਸਾਡੇ ਦਿਲ ਦੀਆਂ 3,030 ਅਸਲਾਮ ਵਾਲੇਕਮ ਅੱਛਾ ਔਰ ਭਾਈ ਜਬ ਸ਼ੇਰ ਦੱਸੀ ਔਰ ਸੈਰਾ ਵੀ ਔਰ ਕੈਸਰ ਭਾਈ ਮਿੱਤਰੀ ਬਾਤ ਹੈ ਜਿੰਨੇ ਸਾਨੂੰ ਸਾਰੇ ਤਮਾਮ ਸੁਣੇ ਜਿੰਨਾ ਨਾਮ ਸਾਨੂੰ ਨਹੀਂ ਯਾਦ ਉਹਨਾਂ ਸਾਡੀਆਂ ਦਿਲ ਦੀਆਂ ਇੰਨੀਆਂ ਗਰਾਈਆਂ ਤੋਂ ਅਸਲਾਮ ਵਾਲੇਕਮ ਤੇ ਇਧਰ ਤੁਸੀਂ ਆਓ ਤੇ ਆ ਕੇ ਅੱਛੀ ਅੱਛੀ ਸਾਂਝ ਪਾਓ ਆਪਣੀਆਂ ਗੱਲਾਂ ਭੇਜ ਦੇਣਾ ਤੇ ਰਿਹਾਨ ਭਾਈ ਤੁਹਾਡੇ ਸ਼ਹਿਜ਼ਾਦੇ ਨੇ ਮਿਲਾਗ ਨੇ ਕਮਾਲ ਹਾਂਜੀ ਅੱਲਾ ਬਾਦ ਇਹਨਾਂ ਦੀ ਲੰਮੀ ਉਮਰ ਅਤਾ ਕਰੇ ਉਹਨਾਂ ਦੇ ਘਰ ਵਾਲਿਆਂ ਨੂੰ ਕੋਈ ਪਰੇਸ਼ਾਨੀ ਇਹਨਾਂ ਨੂੰ ਕਿਆ ਬਾਤ ਪਰੇਸ਼ਾਨੀ ਦਾ ਇਹਨਾਂ ਨੂੰ ਸਾਹਮਣਾ ਨਾ ਕਰੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਬੈਸਟ ਵਿਸ਼ਿਸ ਫਾਰ ਯੂ ਥੈਂਕ ਯੂ ਉਮਰ ਝੋਲੀ ਵਿੱਚ ਹਜ਼ਾਰਾਂ ਪੁੱਛੀਆਂ ਭਾਈ ਭਾਈ ਯਕੀਨ ਕਰਕੇ ਮੰਨੋ ਖੁਸ਼ ਹੋਈਦਾ ਤੁਹਾਡਾ ਗੱਲ ਕਰਕੇ ਅੱਛਾ ਜੀ ਇੱਕ ਵਾਰੀ ਹੋਰ ਖੁਸ਼ ਹੋਏ ਹਾਫਿਜ਼ ਜੀ ਉਮਰ ਤੇ ਹਰੀਪੁਰ ਤੋਂ ਤੇ ਛਾ ਗਏ ਨੇ ਆ ਕੇ ਜੀ ਲਿਸਨਰਸ ਕੁਝ ਦੋਸਤ ਆਉਂਦੇ ਨੇ ਔਰ ਇਹੋ ਜਿਹੀ ਗੱਲ ਕਰ ਜਾਂਦੇ ਨੇ ਕਿ ਬਸ ਦਿਲ ਕਰਦਾ ਕਿ ਉਸ ਗੱਲ ਨੂੰ ਬਾਰ ਬਾਰ ਬੰਦਾ ਸੁਣਦਾ ਰਹੇ ਉਮਰ ਦਾ ਹਾਸਾ ਦੁਨੀਆਂ ਨੇ ਸੁਣਿਆ ਅਸੀਂ ਵੀ ਸੁਣਿਆ ਇੱਦਾਂ ਹੀ ਹੱਸਦੇ ਰਹੋ ਤੁਸੀਂ ਸਾਰੇ ਲੇਕਿਨ ਇੰਜੋਏ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਇਸ ਟੈਗ ਨੂੰ ਮਹਿਬੂਬ ਨਹੀਂ ਮੰਨਦਾ ਮੇਰਾ ਪੀਰਾ ਕੋਈ ਤਵੀਜ਼ ਲਿਖ ਦੇ ਅੱਜ ਰੁੱਸ ਗਿਆ ਮਹਿਬੂਬ ਕਿਉਂਕਿ ਅਸੀਂ ਅੱਜ ਘਰ ਨਹੀਂ ਗਏ ਨਾ 055-4551-1100 ਮੇਰੇ ਰੱਬ ਦਾ ਨੰਬਰ ਪੱਕਾ ਹੀ ਔਰ ਸਾਰਾ ਕੀ ਕਹਿੰਦੀਆਂ ਨੇ ਸਾਰਾ ਸਾਜਿਦ ਕਹਿੰਦੀਆਂ ਨੇ ਕਿ ਮੈਂ ਸ਼ਰਾਰਤੀ ਬੱਚਿਆਂ ਨੂੰ ਡਾਕਟਰ ਬਣ ਕੇ ਟੀਕੇ ਲਾ ਜ਼ਰੂਰ ਰੈਡੀ ਕਾਰਟੂਨ ਘੱਟ ਕਰ ਦੋ ਟੀਕੇ ਲੱਗਣੇ ਜ਼ਰੂਰ ਹੋ ਜਾਣੇ ਥੈਂਕ ਯੂ ਸੋ ਮਚ ਸਾਰਾ ਸਾਰਾ ਸਾਜਿਦ ਥੈਂਕ ਯੂ ਸੋ ਮਚ ਸਾਰਾ ਛੱਡ ਤੂੰ ਸਜਣ ਤੂੰ ਦੂਰ ਗਏ ਮੈਨੂੰ ਇਹ ਨਾ ਕਰ ਮਜਬੂਰ ਗਏ ਕਿਤੇ ਦਿਲ ਨਹੀਂ ਉਹ ਲੱਗਦਾ ਮੇਰਾ ਕੀ ਰੱਬ ਤਵੀਜ਼ ਲਿਖ ਦੇ ਮਹਿਬੂਬ ਨਹੀਂ ਮੰਨਦਾ ਮੇਰਾ ਕੀ ਰੱਬ ਤਵੀਜ਼ ਲਿਖ ਦੇ ਦੁੱਖਾਂ ਨਾਲ ਅੱਗ ਵਿੱਚ ਡੇਰਾ ਕੀ ਰੱਬ ਤਵੀਜ਼ ਲਿਖ ਦੇ ਮਹਿਬੂਬ ਨਹੀਂ ਮੰਨਦਾ ਮੇਰਾ ਕੀ ਰੱਬ ਤਵੀਜ਼ ਲਿਖ ਮਹਿਬੂਬ ਨਹੀਂ ਮੰਨਦਾ ਮੇਰਾ ਕੀ ਰੱਬ ਤਵੀਜ਼ This program is brought to you by Ideas by Gul Ahmed. Let the winter begin. Ideas by Gul Ahmed.
دوران ڈرائیونگ ون وے کی خلاف ورزی کرنا قانوناً جرم ہے. اپنی اور دوسروں کی زندگی کو محفوظ بنائیے. ٹریفک قوانین کی پاسداری ہم سب کی ذمہ داری. اے پبلک سروس میسج بائے پیمرا. جی ویلکم بیک. ست بسم اللہ جی. ہلو جی سارے سننے والے سجنا بلی متر ٹالیاں دیکھی کرو لائیو کالر. ہلو جی السلام علیکم. وعلیکم السلام جی. ریحان بھائی ٹھیک ٹھاک ہو؟ خیریت ہے؟ کیسے ہیں مزاج؟ جی کرم اللہ پاک دا. کون تے کتھوں نے ساڈے نال؟ ماشاء اللہ بیٹھے. تسی آج بھی بڑے خوبصورت ہو, کامران بھی بڑا اچھا کر دے. تھینک یو. اے میرے نال کر رہے تھے کہ میرے نال کر دے رہے ہو کام نہیں ٹھیک ہے کہ جڑی میرا کام بندے نو نام دے دے نہیں کرنا چاہیے. ہائے ہائے. اچھا تہاڈی زندگی دا مقصد کی ہے؟ اللہ تعالیٰ نے ہر انسان دا مقصد قرآن پاک فرمایا فرمایا وما خلق الجن والانس الا ليعبدون. سبحان انسان نو اور جنہ نو صرف اپنے واسطے پیدا کیتا ہے. اس کا مقصد ہے کہ اسی صرف اللہ کی عبادت کریے, کسی اور دی نہ کریے. صحیح بالکل. دوسری گل یہ تھی جی ادھر تو میں فون کیتا. دوسری گل یہ تھی جناب ایوب صاحب. نام ایوب ہے تہاڈا؟ میں کمال ہو گیا. تھینک یو سو مچ جی. ٹھیک ہو گیا. اچھا ایوب صاحب کتوں گل کر رہے ہیں؟ گجرالے تو. عالم چوک تو. نیکسٹ ٹائم بھی پروگرام چاہے ہو. بہت ودیا لگیا تھوڑا گل کر کے. یقین کرو کہ تسی سائلنٹ لسنر ہو. میرا خیال ہے کہ تسی فرسٹ ٹائم پروگرام میں شامل ہوئے ہو. مینو تھوڑا گل کر کے نا بہت ہی چنگا لگیا. نیکسٹ ٹائم بھی آئے ہو پروگرام دے وچ. کوئی اچھی سجیشن. ایک منٹ کوئی اچھی سجیشن جڑی ہوندی ہے لسنرز نو. اور بڑی پیاری تسی گفتگو کیتی. میں بہت اس گفتگو نو لائک کردا وا. اور نیکسٹ ٹائم بھی پروگرام وچ آؤ گے مینو بہت چنگا لگے گا. اور کوئی میسج کوئی پیغام سننے والے لئی؟ جی تھینک یو. تھینک یو سو مچ. ویلکم بیک. سارے بہت ہی خوبصورت دوست نے. ہائے صدقے جاوا میں تے سارا شو تے لئی. ہائے ہائے عامر صاحب تھینک یو سو مچ. جی امر صاحب نے سارے نال بہت ہی پیارے دوست نے. اور ساری لفٹاں تہاڈے لئی جی. اور دسو تہاڈی زندگی دا مقصد کی جی. اور امر صاحب جناب زاہد صاحب نو سلام کہہ رہے نے اور مینوں خصوصن طور تے. اور امر صاحب جڑے نے نا ساڈے بہت ہی پیارے اور مخلص دوست نے. اور یعنی کہ اپنے کام نال بہت لائل نے اور اپنے کام نو سمجھدے ہیں اس نو اگے ودھاندے نے. اور میں میری وش ہے کہ تسی بھی ٹاپک تے آ کے ضرور گل کرے ہو. تسی ساڈے دل چ واسطے ہو. یہ نہیں ہو سکتا کہ اسی تانوں بھول جائیے. اور تسی مینوں دسو گے کہ تہاڈی زندگی دا مقصد کی ہے؟ ایوب صاحب نے بہت پیاریاں گلاں کیتیاں لیکن اتے ایک خوبصورت ٹریک ہے
انجوائے کریں گے اس ٹیگ نو کتنا جانا فون کال کرنا تے میسج کرنا کدی نہ بھولنا جی یوب صاحب تانوں بھی ازنگ ڈیٹ پہلا پہلا پیار کسے نو نہیں بھلدا عشق چ بندہ خوشی خوشی رلدا پہلا پہلا پیار کسے نو نہیں بھلدا ایم 106 آواز گجرانوالا ریحان تڑ نال نال دلوں دے نال نال انجوائے کرو آواز دا تسی بھی اس ٹریک نو اور اپنا او دور یاد کرو جدوں تانوں پہلا پیار ہویا سی ਸਤਿ ਬਿਸਮਿਲਾ ਜੀ ਨੂੰ ਜੀ ਸਾਰੇ ਸੁਣ ਵਾਲੇ ਸੱਜਣਾ ਬੇਲੀ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚਿਹਰਿਆਂ ਤੇ ਤਿੱਤਰਾਂ ਨੂੰ ਜਿਨ੍ਹਾਂ ਨੇ ਹੁਣੇ ਹੁਣੇ ਰੇਡੂਆ ਟਿਊਨ ਕਰਿਆ ਜੀ ਉਹਨਾਂ ਦੱਸ ਜਾਵਾਂ ਤੁਸੀਂ ਸੁਣਦੇ ਪਿਓ ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਸ਼ਿਆਤ ਪ੍ਰੋਗਰਾਮ ਬੈਠਕ ਰਿਹਾਨ ਜੱਟ ਤੁਹਾਡੇ ਨਾਲ ਨਾਲ ਦੇਰਾਂ ਦੇ ਨਾਲ ਨਾਲ ਔਰ ਫਿਰ ਕਲਰ ਦੇ ਵਿੱਚ ਮਿਸਤਰੀ ਆਵਾਜ਼ ਸ਼ਾਮਿਲ ਹੁੰਦੇ ਨੇ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਨੇ ਥੈਂਕ ਯੂ ਜੀ ਔਰ ਕਹਿੰਦੇ ਨੇ ਕਿ ਜੀ ਮੇਰੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਤੁਹਾਡਾ ਪ੍ਰੋਗਰਾਮ ਸੁਣਨਾ ਅੱਛਾ ਜੀ ਕਮਾਲ ਹੋ ਗਿਆ ਥੈਂਕ ਯੂ ਜੀ ਕੈਸਰ ਬਾਈ ਸ਼ਾਮਿਲ ਹੁੰਦੇ ਨੇ ਮੀਆਂ ਸਾਸੀ ਤੋਂ ਔਰ ਮਿਸਤਰੀ ਆਵਾਜ਼ ਨੂੰ ਸਲਾਮ ਕਹਿ ਰਹੇ ਸਨ ਪ੍ਰੋਗਰਾਮ ਨੂੰ ਕਹਿੰਦੇ ਜੀ ਤੁਸੀਂ ਚਾਰ ਚੰਨ ਲਾ ਦਿੰਦੇ ਹੋ ਕਮਾਲ ਹੋ ਗਿਆ ਜੀ ਚੰਨ ਵੈਸੇ ਇੱਕ ਹੁੰਦਾ ਤਿੰਨ ਕਿੱਥੋਂ ਪੈਦਾ ਕਰ ਲਈਏ ਬਰ ਤੁਸੀਂ ਪ੍ਰੋਗਰਾਮ ਦੀ ਤਾਰੀਫ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ
ਉਸ ਤੋਂ ਬਾਅਦ ਸਭਾ ਨੇ ਖਿਆਲੀ ਤੂੰ ਕਹਿੰਦੇ ਨੇ ਕਿ ਜੀ ਮੈਂ ਸ਼ਾਦੀ ਤੋਂ ਪਹਿਲੇ ਵਿਆਹ ਤੋਂ ਪਹਿਲੇ ਇੱਕ ਜਾਮਿਆਂ ਚਲਾਉਂਦੀ ਸੀ ਲੇਕਿਨ ਜਦੋਂ ਦਾ ਮੇਰਾ ਵਿਆਹ ਹੋਇਆ ਮੇਰੇ ਜਾਮਿਆਂ ਜਿਹੜੇ ਨਾ ਉੱਤੇ ਹੀ ਰਹਿ ਗਏ ਦੁਆ ਕਰੋ ਕਿ ਮੈਂ ਜਾਮਿਆਂ ਕੋਈ ਮੈਨੂੰ ਮਿਲ ਜਾਏ ਔਰ ਮੈਂ ਬੱਚਿਆਂ ਨੂੰ ਇਸਲਾਮੀ ਤਲੀਮ ਜਿਹੜੀ ਹੈ ਨਾ ਉਹ ਦਿਆਂ ਮੇਰੀ ਜ਼ਿੰਦਗੀ ਦਾ ਇਹ ਮਕਸਦ ਬਹੁਤ ਆਲਾ ਮਕਸਦ ਤੁਹਾਡਾ ਸਭਾ ਜੀ ਖਿਆਲੀ ਤੋਂ ਖਿਆਲੀ ਕਿ ਖਿਆਲੀ 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 ਤੋਂ ਸ਼ਾਮਿਲ ਹੁੰਦੇ ਹੋ ਔਰ ਜਨਾਬ ਤੁਸੀਂ ਪ੍ਰੋਗਰਾਮ ਵਿੱਚ ਆਏ ਸਾਨੂੰ ਬਹੁਤ ਵਧੀਆ ਲੱਗਿਆ ਬੈਸਟ ਵਿਸ਼ਿਸ਼ ਤੁਹਾਡੇ ਲਈ ਉਸ ਤੋਂ ਬਾਅਦ ਜਨਾਬ ਅਮਰ ਰਸ਼ੀਦ ਸਾਹਿਬ ਥੈਂਕ ਯੂ ਜੀ ਅਮਰ ਰਸ਼ੀਦ ਸਾਹਿਬ ਔਰ ਜਨਾਬ ਕੌਣ ਨੇ ਭਾਬੀ ਜੀ ਵੀ ਨਾਲ ਬੈਠੇ ਪ੍ਰੋਗਰਾਮ ਸੁਣ ਰਹੇ ਨੇ ਔਰ ਪੂਰੀ ਫੈਮਿਲੀ ਨੂੰ ਵੈਲਕਮ ਔਰ ਅਮਰ ਰਸ਼ੀਦ ਸਾਹਿਬ ਕੀ ਕਹਿੰਦੇ ਨੇ ਕਿ ਜੀ ਸਾਡੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ ਕਿ ਦੂਸਰਿਆਂ ਦੇ ਕੰਮ ਆਵੇ ਔਰ ਦੂਸਰਿਆਂ ਦੇ ਕੰਮ ਆਉਣਾ ਜਿਹੜਾ ਨਾ ਉਹ ਬਹੁਤ ਆਲਾ ਗੱਲ ਹੁੰਦੀ ਹੈ ਦੇਖੋ ਜੀ ਇਨਸਾਨ ਡਿਜ਼ਰਵ ਕਰਦਾ ਹੋਵੇ ਔਰ ਉਹ ਜ਼ਰੂਰਤਮੰਦ ਹੋਵੇ ਔਰ ਉਸ ਵੇਲੇ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਹੈਲਪ ਕਰਦੇ ਹੋ ਤੇ ਉਸ ਤੋਂ ਵੱਡਾ ਕੋਈ ਮਕਸਦ ਨਹੀਂ ਹੋ ਸਕਦਾ ਬਹੁਤ ਵਧੀਆ ਗੱਲ ਕੀਤੀ ਜੀ ਥੈਂਕ ਯੂ ਸੋ ਮਚ ਔਰ ਏਦਾਂ ਹੀ ਹੱਸਦੇ ਰਹੋ ਜੀਂਦੇ ਰਹੋ ਵਸਦੇ ਰਹੋ ਔਰ ਤੁਹਾਡੀ ਜ਼ਿੰਦਗੀ ਵਿੱਚ ਰੱਬ ਤਾਲਾ ਦੀ ਜ਼ਾਤ ਬਹੁਤ ਸਾਰੀਆਂ ਆਸਾਨੀਆਂ ਔਰ ਖੁਸ਼ੀਆਂ ਲੈ ਕੇ ਆਵੇ ਅਮਰ ਸ਼ੀਤ ਸਾਹਿਬ ਔਰ ਭਾਬੀ ਜੀ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਇੱਕ ਸੌਂਗ ਸਪੈਸ਼ਲ ਜਿਹੜਾ ਨਾ ਡੈਡੀਕੇਟ ਮੈਂ ਕਰਨਾ ਚਾਹਾਂਗਾ ਇਹਨਾਂ ਦੋਨਾਂ ਜਣਿਆਂ ਨੂੰ ਸਪੈਸ਼ਲੀ ਤੌਰ ਤੇ ਇੰਜੋਏ ਕਰੋ ਇਸ ਟਰੈਕ ਨੂੰ 055-1106 ਮੇਰਾ ਰਾਬਤਾ ਨੰਬਰ ਯਾਨੀ ਕਿ 055-4551-106 ਅਯੂਬ ਸਾਹਿਬ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਇਸ ਸੌਂਗ ਨੂੰ ਵੀ ਇੰਜੋਏ ਕਰਿਓ ਹਾਂ ਬਹੁਤ ਸਾਰੇ ਮੈਸੇਜ ਆਏ ਨੇ ਚੌਧਰੀ ਮੁਹੰਮਦ ਰਫੀਕ ਮਹਿਰ ਨਸ਼ਹਿਰਾ ਸਾਂਸੀ ਤੋਂ ਔਰ ਤਮਾਮ ਸੁਣਨ ਵਾਲਿਆਂ ਨੂੰ ਸਲਾਮ ਥੈਂਕ ਯੂ ਸੋ ਮਚ ਜੀ ਔਰ ਨਸੀਬੋ ਜੀ ਥੈਂਕ ਯੂ ਸੋ ਮਚ ਔਰ ਯਾਦ ਸਤਾਵੇ ਰਾਤੀ ਨੀਂਦ ਨਾ ਆਵੇ ਤੇਰੇ ਤਾਂ ਕੁਰਲਾਵੇ ਗੱਲ ਮਨ ਨਾ ਮੈਨੂੰ ਤੇਰੇ ਜਿਹਾ ਸੋਹਣਾ ਮੇਰੇ ਰੱਬ ਦਾ ਜੀ ਅਮਰ ਰਸ਼ੀਦ ਸਾਹਿਬ ਕਹਿੰਦੇ ਨੇ ਕਿ ਮੈਨੂੰ ਪਹਿਲਾ ਪਿਆਰ ਆਪਣੀ ਮਿਸਿਸ ਦੇ ਨਾਲ ਹੋਇਆ ਸੀ ਤੁਸੀਂ ਪੁੱਛਿਆ ਸੀ ਨਾ ਕਿ ਪਹਿਲਾ ਪਿਆਰ ਯਾਦ ਆ ਗਿਆ ਔਰ ਹਾਲੇ ਤਿੱਕਰ ਵੀ ਬਰਕਰਾਰ ਅੱਲਾ ਤਾਲਾ ਜੀ ਤੁਹਾਨੂੰ ਖੁਸ਼ ਰੱਖੇ ਸੋਹਣਿਆਂ ਦੇ ਬੂਰੇ ਭਾਵੇਂ ਸੱਤੇ ਵਿੱਚ ਪੂਰੇ ਕੋਈ ਚੋਲਾ ਮੈਂ ਸੀ ਤੇ ਮੈਂ ਜੀ ਲਾਈਵ ਕਾਲ ਹੈ ਹੈਲੋ ਜੀ ਅਸਲਾਮ ਅਲੈਕਮ ਅਸਲਾਮ ਅਲੈਕਮ ਰਹਿਮਤੁੱਲਾ ਜੀ ਵਾਲੇਕੁਮ ਅਸਲਾਮ ਵਰਹਿਮਤੁੱਲਾ ਜੀ ਕੌਣ ਤੇ ਕਿੱਥੋਂ ਸਾਡੇ ਨਾਲ ਜੀ ਕਰਮ ਅੱਲਾ ਪਾਕ ਦਾ ਤੁਸੀਂ ਸੁਣਾਓ ਕੋਸ਼ਿਸ਼ ਕਰਾਂਗੇ ਜੀ 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 ਥੈਂਕ ਯੂ ਸੋ ਮਚ ਔਰ ਮਿਸਤਰੀ ਬਾਸ ਭਾਈ ਤੁਸੀਂ ਦੱਸਿਓ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਜ਼ਿੰਦਗੀ ਦਾ ਮਕਸਦ ਰਿਹਾਨ ਭਾਈ ਅਜੂਬ ਭਾਈ ਬੜੀ ਸੋਹਣੀ ਮਾਸ਼ਾ ਗੱਲਾਂ ਕਰ ਰਹੇ ਗਏ ਨੇ ਜੀ ਬਹੁਤ ਅਲੱਗ ਅਲੱਗ ਕੀਤੀਆਂ ਜੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਕਮਾਲ ਗੱਲਾਂ ਲੱਗੇ ਨੇ ਰਿਹਾਨ ਸਾਹਿਬ ਬਹੁਤ ਮਜ਼ਾ ਨਾਲ ਤੇ ਗੱਲ ਕੀ ਕਰਨਾ ਚਾਹੁੰਦੇ ਹੋ ਇਸ ਮਾਸ਼ਾ ਦਾ ਬਹੁਤ ਵਧੀਆ ਦੀ ਗੱਲਾਂ ਕਰਕੇ ਜਾਂਦੇ ਨੇ ਬੜਾ ਮਜ਼ਾ ਆਉਂਦਾ ਥੈਂਕ ਯੂ ਜੀ ਥੈਂਕ ਯੂ ਮਕਸਦ ਰਿਹਾਨ ਸਾਹਿਬ ਇਹ ਇੱਕ ਬੰਦੇ ਵੀ ਹਰੇ ਹੁੰਦੇ ਅੱਧਾ ਵੀ ਰਾਜ਼ੀ ਹੋਏ ਕਿਆ ਬਾਤ ਮੈਂ ਕਹਿੰਦਾ ਬੰਦਾ ਦੁਨੀਆਂ ਦੇ ਕਾਮਯਾਬ ਹੈ ਜਿਹੜਾ ਮਾਂ ਪਿਓ ਰਾਜ਼ੀ ਹੋ ਜਾਏ ਤੇ ਆਵਾਮ ਵੀ ਰਾਜ਼ੀ ਹੋ ਜਾਏ
ਕਿਆ ਬਾਤ ਹੈ ਜੀ, ਉਸ ਤੋਂ ਬਾਅਦ ਰਿਹਾਨ ਸਾਹਿਬ ਤੁਹਾਡਾ ਸ਼ੋਅ ਹੈ, ਕਿਆ ਬਾਤ ਹੈ, ਅੱਛਾ ਜ਼ਬਰਦਸਤ ਕਿਆ ਬਾਤ, ਰਿਹਾਨ ਸਾਹਿਬ ਬੜੇ ਬੜੇ ਸ਼ੋਅ ਵੇਖੇ ਨੇ, ਅੱਛਾ ਵੇਖੇ ਨੇ, ਕਿਸ ਸੁਣੇ ਨੇ ਅੱਜ ਸੁਣੇ ਨੇ ਸਰ, ਤੁਹਾਡੇ ਸ਼ੋਅ ਦਾ ਆਪਣੇ ਮਾਤਾ ਦੀ ਗੱਲ ਹੈ, ਥੈਂਕ ਯੂ ਜੀ, ਮਿਹਰਬਾਨੀ, ਮੇਰੀ ਬਾਤ ਦੀ ਗੱਲ ਆ, ਆਏ ਆਏ ਸਾਹਿਬ ਤੁਹਾਡਾ ਸ਼ੋਅ ਆ ਤੁਹਾਨੂੰ ਹੀ ਹੈ, ਤੇ ਅਕਵਾਰਾ ਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ, ਪੈਨ ਨਾਲ ਖਾ ਕੇ ਸੁਣ ਲਈ, ਥੈਂਕ ਯੂ ਜੀ, ਜੀ ਥੈਂਕ ਯੂ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ ਜੀ, ਮਿਸਤਰੀ ਆਵਾਜ਼ ਸਾਡੇ ਨਾਲ ਨਾਲ, ਮਿਸਤਰੀ ਆਵਾਜ਼ ਦੀ ਕਾਂਢੀ ਹੈ, ਰਿਹਾਨ ਤੇਰਾ ਸ਼ੋਅ ਨਾ ਸੁਣੀਏ, ਨੀਂਦਰ ਨਹੀਂ ਆਉਂਦੀ ਹੈ, ਸੋਹਣਿਆਂ ਦੇ ਬੂਹੇ ਭਾਵੇਂ ਸੱਤੇ ਵਿੱਚ ਕੋਹੇ, ਤੈਨੂੰ ਮਿਲਣਾ ਜ਼ਰੂਰੇ ਦਿਲ ਕੱਲੇ ਦਾ ਨਾ, ਤੇਰੇ ਤੇ ਆਪਣਾ ਹੋਣ ਲੱਗਦਾ, ਤੈਨੂੰ ਤੇਰੇ ਤੇ ਆਪਣਾ ਹੋਣ ਲੱਗਦਾ, ਬੈਠੀ ਰਵਾ ਤੇਰੇ ਤੇ ਗੁਰੂ ਦੱਸਦਾ ਨਾ, ਤੇਰੇ ਤੇ ਆਪਣਾ ਹੋਣ ਲੱਗਦਾ, ਤੈਨੂੰ ਤੇਰੇ ਤੇ ਆਪਣਾ ਹੋਣ ਲੱਗਦਾ ਨਾ, ਸ਼ਦਾਸ ਪੁਜਾਵੇ ਵੇਲਾ ਪੈਰਦਾਰ, ਸ਼ਦਾਸ ਪੁਜਾਵੇ ਦਾਸ ਪੁਜਾਵੇ ਬੇਲਾ ਖੈਰ ਦਾਵੇ, ਮੁਰਸ਼ਦ ਆਸ ਪੁਜਾਵੇ ਬੇਲਾ ਖੈਰ ਦਾਵੇ, ਮੁਰਸ਼ਦ ਆਸ ਪੁਜਾਵੇ ਬੇਲਾ ਖੈਰ ਦਾਵੇ, ਸਾਨੂੰ ਮਾਹੀ ਮੇਲਾ ਦੇ ਬਸ ਮੰਨਣਾ ਨਾ, ਮੈਨੂੰ ਤੇਰੇ ਜੇ ਅਸੋਣਾ ਹੋਰ ਲੱਗਦਾ ਨਾ, ਮੈਨੂੰ ਤੇਰੇ ਜੇ ਅਸੋਣਾ ਹੋਰ ਲੱਗਦਾ ਨਾ, ਬੈਠੀ ਜਾਵਾਂ ਤੈਨੂੰ ਰੱਜਦਾ ਨਾ, ਤੇਰੇ ਜੇ ਆਪਣਾ ਹੋਰ ਸੱਜਦਾ ਨਾ, ਮੈਨੂੰ ਤੇਰੇ ਜੇ ਆਪਣਾ ਹੋਰ ਸੱਜਦਾ ਨਾ, ਮੁਰਸ਼ਦ ਆਸ ਬੁਝਾਵੇ ਵੇਲਾ ਖੈਰ ਦਾ ਆਵੇ, ਮਾਹੀ ਮੇਲਾ ਦੇ ਦਿਲ ਮੰਨਣਾ ਨਾ, ਮੈਨੂੰ ਤੇਰੇ ਦੇ ਆ, ਨਿੱਕੀ ਜਿਹੀ ਕਮਰਸ਼ੀਅਲ ਬਰੋਏ, ਔਰ ਮੁੜ ਕੇ ਮੈਂ ਆਵਾਂਗਾ, 0545551106 ਮੇਰਾ ਰਾਬਤਾ ਨੰਬਰ, ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ, ਨਾਮ ਲਿਖੋਗੇ, ਪੈਗਾਮ ਲਿਖੋਗੇ, ਔਰ ਮੈਸੇਜ ਸੈਂਡ ਕਰ ਦਿਓਗੇ ਮੈਨੂੰ 4-4 ਪੂਰੇ 7-1 ਤੇ ਜੀ, ਔਰ ਕਿਤੇ ਨਾ ਜਾਣਾ ਜੀ, ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ, ਛੋਟਾ ਜਿਹਾ ਟਾਈਮ ਚੈੱਕ, ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ, ਰਿਹਾਨ ਤੁਹਾਡੇ ਨਾਲ ਨਾਲ, ਦਿਲਾਂ ਦੇ ਨਾਲ ਨਾਲ, 9:15 PM. This time check is brought to you by Honda CG125. Mete Honda Ilesa. ਜੀ ਵੈਲਕਮ ਬੈਕ ਸਤ ਬਿਸਮਿਲਾ ਜੀ ਨੂੰ ਜੀ, ਸਾਰੇ ਸੁਣ ਵਾਲੇ ਸੱਜਣਾ ਬੇਲੀ ਮਿੱਤਰਾਂ ਨੂੰ, ਟਾਲੀਆਂ ਤੇ ਕਿੱਕਰਾਂ ਨੂੰ, ਚਿੜਿਆਂ ਤੇ ਤਿੱਤਰਾਂ ਨੂੰ ਤੁਸੀਂ ਸੁਣਦੇ ਪਿਓ, ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਿਸ਼ਾਤ, ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ, ਦਿਲਾਂ ਦੇ ਨਾਲ ਨਾਲ ਜੀ, ਹੈਲੋ ਜੀ, ਅਸਲਾਮ ਅਲੈਕੁਮ, ਜੀ ਜੀ ਕਰਮ ਅੱਲਾ ਪਾਕ ਦਾ, ਜੀ ਜੀ ਸੁਣ ਰਹੇ ਹਾਂ, ਮਿਹਰਬਾਨੀ, ਥੈਂਕ ਯੂ ਜੀ, ਹਾਂ
ਹਾਂ ਗੁੱਡ ਹੋ ਗਿਆ ਜੀ 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 جی جی اور دوسری محبت سے والدین من سب سے زیادہ ہونی چاہیے کیا بات ہے اور تیسری محبت سے جوڑی ہے اپنے بیوی بچے والد کیا بات اور چوتھی محبت دوستوں کے ساتھ کمال کی گل کی اس وجہ سے آقا نامدار حضرت محمد رسول اللہ صلی اللہ علیہ وسلم نے فرمایا جی جی لا یؤمن احدکم حتی اقول احب الی من والده وولده والناس اجمعین جی فرمایا لوگوں اس وقت تک تھی مسلمان نہیں ہو سکتے جن دیر تک اپنی اولاد نو اپنے والدین نو اور پوری دنیا نو بچ کے آقا علیہ السلام نال محبت نہ کرو جی کمال دی گل جی جی ہمارے تین سب تو زیادہ محبت کدھر آ رہے تو انہوں نے کہا کہ تھوڑے آ رہے آپ نے فرمایا اپنی جان دل نہیں ہونا چاہیے اپنی جان دل مجھے زیادہ محبت ہے باقی سب تو زیادہ تھوڑے آ رہے زبردست بہت اعلیٰ ماشاء اللہ جی 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 کمال جی کمال ہو گیا ایوب بھائی بہت ہی جی جی اچھا گل سنو ایوب بھائی اُن بھوک لگ گئی ہے وہ تے نیڑے کتنے بیٹھے ہیں تو انہوں کھانا شانا دے بیچارے اچھا میں یہ دسو تن بھوک لگی ہے تھینک یو جی دعا یاد رکھنا اور بہت چنگا لگیا نیکسٹ ٹائم بھی کال کرتے رہنا کیوں نہیں ہوندی جی اللہ خیر کرے جی اللہ تعالیٰ تھوڑی لمبی ہے ٹھیک ہے جی حضرت محمد رسول اللہ صلی اللہ علیہ وسلم دے صاحب نے ایک بڑی اونچی اونچی ہستی کے ساتھ جس رات عمر دائی کے ہستی سن ٹھیک ہو گیا ٹھیک ہو گیا یعنی کہ عمر بھائی سن رہے ہو تسی عمر بھائی وعلیکم السلام تھینک یو سو مچ فار کالنگ اچھا لگیا تیرے نال گل بات کر کے جیوں دے روز ہی ادھر ہی واسطے رہو اور پروگرام بھی دوبارہ بھی آدھے رہنا 0554551106 میرا رابطہ نمبر جی ڈبلو ٹائپ کرو گے اسپیس دیو گے نام لکھو گے پیغام لکھو گے اور میسج سینڈ کر دو گے 4471 جی حالے میں نہیں جا رہا 9:30 تو بعد میں جاواں گا 0554551106 میرا رابطہ نمبر جی ڈبلو ٹائپ کرو گے اسپیس دیو گے نام لکھو گے پیغام لکھو گے اور میسج سینڈ کر دو کہ 4441 دیکھتے ہیں جلدی
ਸ਼ਾਮਿਲ ਹੁੰਦੇ ਨੇ ਔਰ ਅਯੂਬ ਸਾਹਿਬ ਨੂੰ ਬਹੁਤ ਸਾਰਾ ਸਲਾਮ ਕਹਿ ਰਹੇ ਸੀ ਔਰ ਕਹਿੰਦੇ ਨੇ ਕਿ ਉਹਨਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਔਰ ਜਸਟ ਕਿਡਿੰਗ ਵਾਸਤੇ ਮੈਂ ਹੱਸ ਰਿਹਾ ਸੀ ਉਮਰ ਤੈਨੂੰ ਕਹਿ ਰਹਾ ਕਿ ਲੋਕ ਪਾਗਲ ਕਰਨਗੇ ਆ ਗਏ ਨਾ ਅਯੂਬ ਸਾਹਿਬ ਕਹਿਣ ਵਾਸਤੇ ਤੁਸੀਂ ਇੰਨਾ ਹੱਸਦੇ ਹੋ ਹੱਸਣ ਦਾ ਕੋਈ ਤਰੀਕਾ ਹੁੰਦਾ ਯਾਰ ਇੱਦਾਂ ਸੀਦਾ ਡੋਂਟ ਵਰੀ ਉਮਰ ਖੁਸ਼ ਰਹੋ ਜੀ ਦੇ ਰਹੋ ਵੈਸੇ ਰਹੋ ਮੈਸੇਜ ਕਿਹਨੇ ਕੀਤਾ ਜੀ ਨੇ ਕਹਿੰਦੇ ਨੇ ਕਿ ਕਿਸੇ ਨੇ ਪੁੱਛਿਆ ਮੇਰੇ ਤੋਂ ਕਿ ਤੁਹਾਡਾ ਸ਼ੌਕ ਕੀ ਮੈਂ ਕਿਹਾ ਜੀ ਮੁਸਕਰਾਉਣਾ ਔਰ ਨਫ਼ਰਤ ਕਰਨ ਵਾਲਿਆਂ ਨਾਲ ਮੁਹੱਬਤ ਕਰਨਾ ਕਮਾਲ ਦੀ ਗੱਲ ਕੀਤੀ ਤੁਸੀਂ ਚਾਹ ਗਏ ਹੋ ਤੁਸੀਂ ਖੁਸ਼ ਰਹੋ ਜਿਉਂਦੇ ਰਹੋ ਵਾਸਤੇ ਰਹੋ ਪਿੱਛੇ ਸੁਣਦੀਆਂ ਮੈਂ ਡੋਲਾ ਸਾਰੇ ਸ਼ਹਿਰ ਦੀਆਂ ਜੀ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਆ ਮੁੜ ਕੇ ਮੈਂ ਆਵਾਂਗਾ ਕਿਤੇ ਨਾ ਜਾਣਾ ਜੀ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਰਿਹਾਨ ਜੱਟ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ ਔਫ ਯੋਰ ਕਾਲਰ ਵਿੱਚ ਸਾਡੇ ਨਾਲ ਸ਼ਾਮਿਲ ਹੁੰਦੇ ਅੰਸ਼ ਚੀਮਾ ਔਰ ਕਹਿੰਦੇ ਨੇ ਕਿ ਅਯੂਬ ਸਾਹਿਬ ਨੇ ਬਹੁਤ ਪਿਆਰੀ ਗੱਲ ਕੀਤੀ ਵਾਕਈ ਜੀ ਉਹਨਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਜੀ ਅਯੂਬ ਸਾਹਿਬ ਜਿਉਂਦੇ ਰਹੋ ਵਸਦੇ ਰਹੋ ਜੀ 0554551106 ਮੇਰਾ ਰਾਬਤਾ ਨੰਬਰ ਜੀ ਡਬਲਿਊ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦਿਓ ਕਿ 4471 ਤੇ ਔਰ ਮੈਨੂੰ ਦੱਸੋਗੇ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਆ ਯਾਰ ਦੱਸ ਵੀ ਦਿਓ ਨਾ All day transmission is brought to you by Honda CG125. Mete Honda Ilesa. This program is brought to you. ਮੌਕਾ ਦਿੱਤਾ ਔਰ ਅੱਜ ਇਹੋ ਜਿਹੇ ਲਿਸਨਰਸ ਵੀ ਆਏ ਨੇ ਜਿਨ੍ਹਾਂ ਨੇ ਕਦੇ ਕਾਲ ਨਹੀਂ ਸੀ ਕੀਤੀ ਨਵੇਂ ਲਿਸਨਰਸ ਵੀ ਆਏ ਉਹਨਾਂ ਨੂੰ ਵੈਲਕਮ ਔਰ ਹੋ ਸਕੇ ਤੇ ਜਨਾਬ ਮੈਨੂੰ ਆਪਣੀ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ ਟੌਪਿਕ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਔਰ ਮੈਂ ਸਿਰਫ ਇੱਕ ਹੀ ਗੱਲ ਕਰਾਂਗਾ ਕਿ ਹਮੇਸ਼ਾ ਪੋਜ਼ਿਟਿਵ ਥਿੰਕ ਰੱਖੋ ਔਰ ਦੂਸਰਿਆਂ ਦੀ ਭਲਾਈ ਵਾਸਤੇ ਅੱਛੇ ਕੰਮ ਕਰੋ ਤੇ ਤੁਹਾਡੀ ਜ਼ਿੰਦਗੀ ਦਾ ਮਕਸਦ ਇਸ ਤੋਂ ਵੱਡਾ ਨਹੀਂ ਕੋਈ ਹੋ ਸਕਦਾ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਇੱਕ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਇਸ ਕਰਕੇ ਸੋਚ ਹਮੇਸ਼ਾ ਪੋਜ਼ਿਟਿਵ ਰੱਖੋ ਰਿਹਾਨ ਨੂੰ ਦਿਓ ਇਜਾਜ਼ਤ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ ਕਦੇ ਕਿਸੇ ਦਾ ਦਿਲ ਨਾ ਦੁਖਾਣਾ ਤੇ ਉਹਨਾਂ ਦਾ ਖਾਸ ਖਾਸ ਖਿਆਲ ਰੱਖਣਾ ਜਿਹੜਾ ਤੁਹਾਡਾ ਖਿਆਲ ਰੱਖਣਾ ਚਾਹੁੰਦੇ ਨੇ ਗੁੱਡ ਬਾਏ ਟਾਟਾ ਨੈਕਸਟ ਸੰਡੇ ਨੂੰ ਫਿਰ ਮੁਲਾਕਾਤ ਹੋਏਗੀ ਲਾਸਟ ਸੌਂਗ ਮੇਰੇ ਵੱਲੋਂ ਸਾਰਿਆਂ ਨੂੰ ਡੈਡੀਕੇਟ ਇੰਜੋਏ ਕਰੋ ਇਸ ਟ੍ਰੈਕ ਨੂੰ ਗੁੱਡ ਬਾਏ ਟਾਟਾ ਫਾਈਨਲੀ ਫਾਈਨਲੀ ਰੱਬ ਰੱਖਾ ਹੱਥ ਮਿਲਾ ਦਿਲ
हाथ मिला दिल का